ਉਹ ਪਤਾ ਨਹੀਂ ਦੇਖਿਆ ਆਪਣੇ ਅੰਦਰ ਤੂੜੀ ਵਾਲੇ ਚ ਕੀ ਆ ਮੜੇ ਆਹੀ ਖਾਂ ਮੇਰੇ ਨਾਲ ਜਾਈ ਤੂੰ ਦੇਖਿਆ ਮੈਨੂੰ ਬੜੇ ਬੰਦੇ ਨੂੰ ਕਿਉਂ ਠਾਲਦਾ ਤੇਰੀ ਨੀਗਾ ਵਧੀਆ ਮੈਂ ਮੇਰੇ ਤਾਂ ਥੋੜਾ ਜਿਹਾ ਜਾਲਾ ਜਾਇਆ ਹੋਇਆ ਆਹੀ ਮੜਾ ਦਾਦਾ ਬਥੇਰੀ ਵਧੀਆ ਆਹੀ ਖਾਂ ਮੜਾ ਆ ਕਰਾਂ ਤੇਰੀ ਮਾਂ ਜਦੋਂ ਆਈ ਤੀ ਪਹਿਲੀ ਵਾਰ ਉਹਨੇ ਹਾਂ ਪਰ ਲੇਟੇ ਦੇਖ ਲਾ ਇੱਥੇ ਗੇਟਾਂ 'ਚ ਖੜੇ ਨੇ ਪਛਾਣ ਲਈ ਦੀ ਮਾਂ ਕੁੜਮਣੀ ਆਉਂਦੀ ਆ ਅੱਛਾ ਚੱਲ ਕੋਈ ਨਾ ਆ ਜਾ ਜਾ ਨਿਗਾ ਦਾ ਵਧੀਆ ਖੱਟੇ ਰੰਗ ਦਾ ਪਾਇਆ ਤੀ ਉਹਨੇ ਸੂਟ ਲਾਲ ਲੈ ਗਈ ਦੀ ਚੁੰਨੀ ਜੰਦਰੀ ਨੇ ਹੈ ਜਦੋਂ ਮਰ ਜਾਂਦਾ ਬੰਦਾ ਉਦੋਂ ਵੀ ਸਰੀਰ ਖੱਟਾ ਹੋ ਜਾਂਦਾ ਕਹਿੰਦੇ ਹਨਾ ਜਦੋਂ ਦੀ ਦੁੰਦੀ ਵੱਡੇ ਪਤਾ ਨਹੀਂ ਹੁਣ ਮਾਰੇ ਹੀ ਨਹੀਂ ਗੇੜਾ ਕਦੇ ਆ ਜਾ ਮਾਂ ਮਾਰ ਜਾਂਦੀ ਆ ਜਾ ਜਾ ਆ ਜਾ ਬੋਤਲ ਡੂੜ ਪੀਤੀ ਹੋਈ ਆ ਆ ਜਾ ਕੋਈ ਨਾ ਆ ਅੰਦਰ ਆਂਦਾ ਇੱਥੇ ਨਾ ਅਰੇ ਕੀ ਆ ਉਰੇ ਦੇਖੀ ਪਤਾ ਨੀ ਬਿੱਲੀ ਆ ਪਤਾ ਨੀ ਬਲਿਓਂ ਕੜਾ ਦੇਖੀ ਕੋਈ ਤੰਗ ਬਹੁਤ ਕਰੀ ਜਾਂਦਾ ਮੜਾ ਆਈ ਮੜਾ ਖਾਂ ਅੰਦਰ ਜਾ ਮੜਾ ਜਾ ਲੈ ਭਾਈ ਓਏ ਗੱਗੀਆ ਵਾਹ ਗਲ ਲੱਗ ਜਾ ਮੇਰੇ ਆ ਕੇ ਕੱਪੜੇ ਨਿਪੜ ਜਾਣਗੇ ਮੁਜਰੇ ਕਰਾਏ ਜਾਣਗੇ ਅੱਜ ਬਾਬਾ ਗੁਰਦਾਸ ਮਾਨ ਸਾਹਿਬ ਲਵਾਏ ਜਾਣਗੇ ਮੈਨੂੰ ਬਹੁਤ ਖੁਸ਼ੀ ਹੋਈ ਕੀ ਬਾਤ ਹੈ ਗਲ ਲੱਗ ਜਾ ਮੇਰੇ ਸੋਹਣਿਆ ਸਾਲਾ ਕੱਪੜੇ ਨਿਪੜ ਜਾਣਗੇ ਕੀ ਗੱਲ ਹੋ ਗਈ ਸਕਰੀਨ ਟੁੱਟ ਗਈ ਹੈ ਸਕਰੀਨ ਟੁੱਟ ਗਈ ਹੈ ਜੀ ਰੋਟੀ ਦਾ ਖਾ ਲਈ ਖਵਾ ਦੀ ਰੋਟੀ ਦਾ ਅੱਛਾ ਅੱਛਾ ਠੀਕ ਹੈ ਹਾਂਜੀ ਉਹੀ ਮੇਰੇ ਕੋਲ ਰੋਟੀ ਲੈ ਕੇ ਆਇਆ ਕਹਿੰਦਾ ਤਾਏ ਰੋਟੀ ਮੈਂ ਖਾ ਲਈ ਹੈ ਨਾ ਬਾਅਦ ਚ ਆਇਆ 2 ਮਿੰਟ ਨਾ ਪਤਾ ਨੀ ਕੀ ਔੜਕਾ ਆਇਆ ਬੋਲੇ ਖੜਾ ਪੁੱਤ ਖੜਾ ਝੋਟੇ ਵਰਗਾ ਪਿਆ ਤੂੜੀ ਵਾਲੇ ਤੇ ਦੇਖੀ ਤਾਂ ਕੀ ਆ ਮਹਾਂ ਕੀ ਆ ਓਏ ਹਾਂ ਦੇਖਦਾ ਲਾ ਮਹਾਂ ਚੱਲ ਸਿਆਣਾ ਬੰਦਾ ਮੈਂ ਦੇਖ ਲੈਣਾ ਵਾ ਹਾਂ ਸਿਆਣੇ ਬੰਦੇ ਨੂੰ ਬੁਲਾ ਖਲੋ ਐ ਦੋ ਪ੍ਰਿੰਟ ਜੀ ਬਈ ਜੀ ਅੱਛਾ ਜੀ ਮੈਂ ਅੰਦਰ ਵਾ ਕਹਿੰਦਾ ਹੋ ਵੇਖੀ ਮਾ ਕੀ ਹਾਂ ਦੇਖਦਾ ਹੀ ਮਾ ਦੇਖ ਲੈਣਾ ਮੈਂ ਜਦੋਂ ਮੈਂ ਗਿਆ ਪਤਾ ਨਹੀਂ ਕੰਜਰ ਦਾ ਕਿਹੜਾ ਦੇਵਤਾ ਤੇ ਉਹਨਾਂ ਦੀ ਹੈ ਕਰੀ ਗਿਆ ਤੂੰ ਐਨੂੰ ਤਾਂ ਰੱਖ ਦੇ ਪਿਓ ਨੂੰ ਥੱਲੇ ਹੱਥ 'ਚ ਕਹਾੜਾ ਹੱਥ ਮੈਨੂੰ ਲੱਗਦਾ ਬਾਹਾਂ ਖਾ ਲਿਆ ਨਸਕੀਰ ਟੁੱਟ ਗਈ ਹਾਂ ਮੈਂ ਤਾਂ ਗੁਰਦਾਸ ਮਾਨ ਸਾਹਿਬ ਨੂੰ ਬੁਲਾਉਂਦਾ ਤੀ ਵੱਡਾ ਬਦਮਾਸ਼ ਮਨ ਲਾ ਤੂੰ ਆਹ ਐ ਘਰੀਟ ਜੀ ਵਧੀਆ ਮੜੀ ਜੀ ਇੰਨੇ ਚ ਕੰਜਰ ਦੀ ਨਸਕੀਰ ਟੁੱਟ ਗਈ ਹੈ ਵੀ ਇਹ ਜੇ ਤੂੰ ਬੰਦੇ ਮਾਰਦਾ ਹੋਵੇਗਾ ਜਵਾਨੀ ਪਹਿਰ ਦੀ ਨਾ ਤੈਨੂੰ ਪਤਾ ਹੈ ਪਿਓ ਨੂੰ ਪਤਾ ਦੀ ਮਰ ਗਿਆ ਮੈਨੂੰ ਤਾਂ ਕੋਈ ਕੁਛ ਤੂੰ ਸੁਣੋ ਵੱਡਿਆ ਬਦਮਾਸ਼ਾ ਉਹ ਵੱਡਿਆ ਬਦਮਾਸ਼ਾ ਗੱਲ ਸੁਣ ਲਾ ਗੱਲ ਸੁਣ ਲਾ ਪੂਰਾ ਅਸੀਂ ਤੰਨਾੜੀ ਹੁੰਦੇ ਤੇ ਪੱਕੇ ਹੁੰਡੀ ਦੇ ਐ ਬੰਦਾ ਮਾਰ ਦਿੰਦੇ ਤੇ ਐ ਪਤਾ ਵੀ ਨਹੀਂ ਲੱਗਣਾ 92-99 ਦੀ ਹਾਂਜੀ ਫਿਰ ਉਹ ਤਾਂ ਮੈਂ ਨਿਆਣਿਆਂ ਦੀ ਮਿੱਟੀ ਖਾਂਦਾ ਸੀ ਚੁੱਲ੍ਹੇ ਵਾਲੀ ਨਿਆਣੇ ਪੁੱਤ ਮਿੱਟੀ ਖਾਂਦੇ ਹੁੰਦੇ ਨੇ ਹੋਰ ਨਿਆਣੇ ਜਵਾਗ ਜਰੇਲਾ ਖਾਂਦੇ ਨੇ ਚੌਕ ਦੇ ਥਾਣੇ ਚ ਅੱਜ ਵੀ ਕੋਈ ਨਵਾਂ ਥਾਣੇਦਾਰ ਆਉਂਦਾ ਮਖਤਿਆਰ ਵਾਲੀ ਪੁਰਾਣੀ ਫਾਇਲ ਝੱਕਦਾ ਕਹਿੰਦਾ ਆਹ ਕਾਂਡ ਕਰ ਕਿਵੇਂ ਦਿੱਤਾ ਆਹ ਬੰਦਾ ਮਾਰ ਕਿਵੇਂ ਦਿੱਤਾ ਇਹਨਾਂ ਨੇ ਕਹਿੰਦਾ ਹੁਣ ਵੀ ਗੱਲਾਂ ਹੁੰਦੀਆਂ ਨੇ ਗੱਲਾਂ ਕਿਵੇਂ ਕਿਹੜਾ ਕਤਲ ਹੋ ਗਿਆ ਜੀ ਬਹੁਤ ਤੰਨਾੜੀ ਹੁੰਦੇ ਤੇ ਸੀ ਤੰਨੇ ਕਿਵੇਂ ਕਿਹੜਾ ਜੀ ਫਿਰ ਕਤਲ ਤੂੰ ਲਾਲਾ ਸਾਹਿਬ ਜਿਹੜਾ ਬੰਦਾ ਸਾਡੇ ਨਾਲ ਰੱਖ ਗਿਆ ਖੁੰਦਕ ਹਾਂਜੀ ਖੁੰਦਕ ਰੱਖ ਗਿਆ ਸਾਨੂੰ ਕੱਢ ਗਿਆ ਗਾਲ ਪੰਚਾਇਤ ਚ ਤੇ ਅਸੀਂ ਵੀ ਖੁੰਦਕ ਰੱਖ ਲਈ ਵੀ ਇਹਨੂੰ ਮਾਰਾਂਗੇ ਅੱਛਾ ਉਦੋਂ ਹੁੰਦੀ ਦੀ ਅੱਖਾਂ ਮਾਰਾਂਗੇ ਹਾਂ ਹੁਣ ਤਾਂ ਅੱਖਾਂ ਹਾਂ ਕਰੋ ਮੰਜਾ ਲੰਗ ਗੱਲ ਸੁਣਾ ਲਓ ਚੱਲ ਲੇਟ ਕਰੋ ਕਰੋ ਡਾਕਟਰ ਦੁਕਾਨ ਬੰਦ ਕਰਕੇ ਮੈਂ ਗੱਲ ਮੁੱਕ ਗਈ ਗੱਲ ਮੁੱਕ ਗਈ ਮੈਂ ਡਾਕਟਰ ਬੋਲਾ ਪੁੱਤ ਮਹਾ ਅਸੀਂ ਤਿੰਨੇ ਆੜੀ ਟੱਪੇ ਕੰਧ ਹਾਂਜੀ ਦਾਲ ਬਣੀ ਹੋਈ ਤੀ ਹਾਂਜੀ ਸਪਰੇਅ ਪਾ ਦਿੱਤੀ
ਉਹਦੀ ਦਾਲ ਵਾਲੀ ਕੌਲੀ ਚ ਸਪਰੇਅ ਪਾਤੀ, ਜਦੋਂ ਖਾਧੀ ਦਾਲ ਬੰਦਾ ਮਰ ਗਿਆ। ਮਾਰਤਾ ਮੇਰਾ ਸਾਲਾ, ਝੁਟਕੀ ਚ ਮਾਰਤਾ, ਦਾਲ ਚ ਸਪਰੇਅ ਪਾਤੀ, ਸਪਰੇਅ ਪਾਤੀ ਦਾਲ ਚ। ਬੰਦਾ ਹੌਲੀ ਹੌਲੀ ਬੋਲ, ਥੋੜਾ ਜਿਹਾ ਖੱਜਲ ਤੇ ਸੁਣ ਨਾ ਲੈ ਕੋਈ। ਐ ਮਾਰਤਾ ਬੰਨੀਆਂ ਨੂੰ ਕਰਨਾ ਦਾਲ ਖਵਾ ਕੇ ਬੰਦਾ ਮਾਰ ਦੋ, ਬੰਨੀਆਂ ਨੂੰ ਕਰਨਾ ਜਾਈਏ। ਆ ਮੈਨੂੰ ਆਈਡੀਆ ਠੀਕ ਲੱਗਦਾ ਜੀ, ਨਾ ਕਿਸੇ ਨੂੰ ਪਤਾ ਲੱਗੇ ਕਿਉਂ ਦਾਰੂਆਂ ਪਈ ਜਾਂਦੇ ਆ। ਪੁੱਤ ਕਿਹੜੀਆਂ ਮਸਾਇਲਾ ਮਖਦੇ ਆ ਰੇ ਮੂਰੇ, ਵੱਡੀਆਂ ਵੱਡੀਆਂ ਮਸਾਇਲਾ ਭੈਣ ਕੁੱਤ ਨੂੰ ਕਹਿੰਦੇ ਠੀਕ ਆ। ਮੈਂ ਕਿਹਾ ਸੋਚਣਾ ਕਰਨੇ ਨੂੰ, ਗੋਲੀ ਲੱਗੇ ਪੈ ਜਾਣਾ ਕੋਈ ਨੂੰ, ਗਏ ਹੋਏ ਥੋੜਾ ਜਿਹਾ ਕੱਪੜੇ ਦੇਖਣ ਗਏ ਲੱਗ ਲੱਗ ਨਾ ਲੈ ਕਰਕੇ। ਉਹ ਮਨੂੰ ਵੀ ਗੁਪਤਾ ਨਾਲ ਗੱਲ ਕਰਾ ਦਿੰਦੇ ਨੇ। ਕਿਉਂ ਜੀ? ਮੈਂ ਖਾਸੇ ਦਿਨ ਜੋ ਮੈਂ ਔੜਕਾ ਜਾਈ ਜਾਂਦਾ, ਆਈਏ ਨਹੀਂ ਵੀ ਦੱਸ ਗੁੱਡੀ ਠੀਕ ਠਾਕ। ਉਹ ਤਾਂ ਮੇਰਾ ਵੀ ਫੋਨ ਨਹੀਂ ਚੱਕਦੀ, ਉਹ ਤਾਂ ਦਿੱਲੀ ਗਈ ਹੋਈ ਆ ਧਰਨੇ ਤੇ ਕਾਹਨੂੰ ਗਈ ਆ ਜੀ? ਕੋਈ ਪਾਸਪੋਰਟ ਪਤਾ ਨਹੀਂ ਕੀ ਇਨਕੁਆਇਰੀ, ਉਹ ਤਾਂ ਉਹ ਕਰਨ ਗਏ ਹੋਏ। ਤੁਸੀਂ ਕਦੇ ਵੱਡਾ ਵੱਡਾ ਡੰਗਰਾਂ ਦੇ ਜਾਉਣਾ ਜਾਂ ਡਾਕਟਰ ਦੇ ਭਾਣੇ ਨੂੰ ਜਾਂਦੇ ਨਹੀਂ ਕਰਦੇ, ਤੁਸੀਂ ਮੈਨੂੰ ਬੁਲਾ ਲਓ ਨਾ ਜਾਣਾ ਜੇ ਮੜਾ ਜਾ ਫੋਨ ਆ ਗਿਆ। ਦੱਸ ਦੀ ਵੀ ਮਖਤਿਆਰਾ ਦਾ ਟਿੱਕਿਆ ਦੀ ਕੋਈ ਨਾ ਕੋਈ ਨਾ ਪਤਾ ਲੈ ਜਾ ਕੇ। ਹੋਰ ਤੁਹਾਡੀ ਉਮਰ ਖਾਸੀ ਹੋ ਗਈ ਹਨਾ ਹੁਣ ਤਾਂ ਜੀ, ਹੁਣ ਤਾਂ ਜੇ ਤੁਸੀਂ ਤੁਰ ਜਾਓ ਤਾਂ ਵਧੀਆ ਗੱਲ ਆ। ਕਿਉਂ ਨਹੀਂ ਯਾਰ ਇਹ ਘਟਨਾ ਵਾਪਰੀ, ਇਹ ਤੋਂ ਤਾਂ ਨਹੀਂ ਕੁਛ ਹੋਣਾ, ਬੈਲੀ ਕੋਈ ਹੋਰ ਲੱਭਣਾ ਪੈਣਾ ਆਪਾਂ। ਚੌੜ ਜੀ ਕਰਦਾ ਫਰਕ ਹੈ, ਐਵੇਂ ਥੋੜ੍ਹੀ ਕਤਲ ਹੁੰਦੇ ਨੇ, ਕਤਲ ਹੁੰਦੇ ਨੇ ਕੋਈ ਪਲੈਨਿੰਗ ਨਾਲ, ਸਪਰੇਅ ਵਾਲੀ ਚੀਜ਼ ਹੋਈ ਹੈ। ਕੱਪੜੇ ਤੋਂ ਲੱਗ ਰਹੇ ਸਾਬਣ ਚੱਕ ਲਿਆ ਉਹਨਾਂ ਨੇ, ਉਹ ਆ ਜਾਣੇ। ਸਤਿ ਸ਼੍ਰੀ ਅਕਾਲ ਚਾ, ਸਿੰਮੂ ਕਿੱਥੇ? ਉੱਪਰ। ਅੱਛਾ ਜੀ। ਕਿਵੇਂ ਸਿੰਮੂ? ਵਧੀਆ, ਤੂੰ ਦੱਸ? ਵਧੀਆ ਵਧੀਆ ਵਧੀਆ। ਕਿਵੇਂ ਬਹਿ ਗਿਆ ਪੂਰਾ? ਗੇਮ ਜੀ ਖੇਡਦਾ ਸੀ। ਕੰਮ ਕਾਰ ਕਰਾ ਲਾ, ਥੋੜਾ ਯੂਪੀ ਤੇ 7 ਕਰੋੜ ਤੋਂ ਵੱਧ ਵਾਲੇ ਪਲੇਅਰ ਖੇਡਦੇ ਨੇ, 1 ਰੁਪਏ ਤੋਂ ਗੇਮ ਸ਼ੁਰੂ ਕਰ ਸਕਦੇ ਆ ਯਾਰ। ਐਡੀ ਵਧੀਆ ਗੇਮ ਆ, 10 ਮਿੰਟ ਉਹ ਤੇ ਗੇਮ ਖੇਡ, ਆ ਜਿੱਤ ਗਿਆ 42,000 ਰੁਪਇਆ। ਵਾਹ ਕਿਆ ਬਾਤ ਹੈ, ਨਾਲੇ ਗੇਮ ਦੀ ਗੇਮ, ਨਾਲੇ ਪੈਸੇ ਦਾ ਪੈਸਾ, ਨਾਲੇ ਜਿਹੜਾ ਆਪਾਂ ਪੈਸਾ ਜਿੱਤਦੇ ਹਾਂ ਯੂਪੀ ਰਾਹੀਂ ਡਿਪੋਜ਼ਿਟ ਕਰਵਾ ਸਕਦੇ ਹਾਂ ਯਾਰ। ਅੱਛਾ, ਹਾਂ ਨਾਲੇ ਜਿਹੜਾ TDS GST ਕੱਟਦਾ ਕੈਸ਼ ਬੈਕ ਮਿਲਦਾ। ਝੋਗਾ ਚੋੜ ਕਰਾ ਕੇ ਬਹਿ ਜਾ, ਚੱਲ ਕੰਮ ਹੀ ਕਰਾ ਰਿਹਾ ਸੀ ਮੈਂ। ਚੱਲ ਖੜਾ ਹੋ, ਆ ਜਾ। ਤੇਰਾ 4 ਦਿਨਾਂ ਦਾ ਮੋਹ ਚੰਦਰਾ, ਹਾਏ ਉਮਰ ਖਾ ਗਿਆ ਦਲਵੀਰ ਮਾਸਟਰ ਦੀ ਸਾਰੀ ਨੀ, ਏ ਇਸ਼ਕ ਇਸ਼ਕ ਏ ਇਸ਼ਕ ਇਸ਼ਕ। ਕਿਹੜੇ ਪਾਸੋਂ ਦੀ ਲਾਵਾਂ ਸਾਬਣੇ ਦੇ, ਹੁਣ ਆਏ ਨੀ ਭੇਜ ਦੋ ਭੈਣ ਦਾ ਕਿਹੜਾ ਧੋਤੇ ਨੇ, ਮੈਂ ਦੇਖ ਲਾ ਕੱਲ ਜੋ ਆ ਗਿਆ ਦਲਵੀਰ। ਚੀਟਰ ਮਿਲ ਜਾਂਦੀਆਂ ਨੇ ਜਨਾਨੀਆਂ, ਚੀਟਰ ਭੈਣ ਦਾ, ਜਿੰਨਾ ਤੱਕ ਤਾਂ ਮਨੀ ਖਵਾਈ ਜਾ ਉਹਨਾਂ ਤੱਕ ਤਾਂ ਠੀਕ ਹੈ, ਇੱਥੇ ਕਲਜੂ ਆ ਗਿਆ ਰੱਬ ਵੀ ਉਹਦੀ ਦਿਖਾ ਦਿੰਦਾ ਪੈਂਤਰਾਂ ਨੇ ਵੀ ਵੱਡਾ ਲੈ ਲਿਆ PC, ਹੁਣ ਉਹਦੀ ਕਹਿ ਦਿੰਦਾ ਵੀ ਭਾਈ ਇਹਦੇ ਨਾਲ ਧੋਖਾ ਕਰਿਆ ਦੀ ਕੋਈ ਨਾ ਭੁਗਤੇਗੀ, ਜੇ 1.5 ਲੱਖ ਰੁਪਇਆ ਲਏਗੀ ਬਲਵੀਰ ਮਾਸਟਰ ਦਾ ਚੱਕ ਕੇ ਘਰੋਂ ਭੁਗਤੇਗੀ। ਰਾਤ ਮੈਸੇਜ ਕਰੇ, ਫੋਨ ਕਰੇ, ਭੈਣ ਦੀ ਮਰਾ ਗਿਆ ਇੱਕ ਨਹੀਂ ਚੱਕਿਆ, ਸੀਨ ਕਰ ਕਰ ਛੱਡੀ ਗਈ। ਕੋਈ ਨਾ ਮੇਰੇ ਸਾਈ ਦੀ ਤਲਾਕ ਦਿਓ ਤੈਨੂੰ, ਜੇ ਨਾ ਹੋਰ ਲਿਆਤੀ ਨੇ ਇੱਥੇ ਤੂੰ ਵੀ ਕੀ ਯਾਦ ਰੱਖੇਗੀ, ਦੀਵਾਦਰੀ 1 ਦੇ ਲਓ ਵੀ ਤੈਨੂੰ ਚੰਗੀ ਤਨਖਾਹ ਮਿਲੀ ਜਾਂਦੀ ਹੈ, ਚੰਗੇ ਤੈਨੂੰ ਇੱਥੇ ਫਰੂਟਸ ਮਿਲੀ ਜਾਂਦੇ ਨੇ, ਤੂੰ ਫੇਰ ਜਿਹੀ ਜੀ ਪਰਵਿਸ ਹੋਵੇ ਮਾਂ ਪਿਓ ਕਣੀ ਉਹੀ ਜੀ ਅਗਲਾ ਜਵਾਬ ਕਰਦਾ, ਸਿਖਾਈ ਨਹੀਂ ਹੋਈ ਠੱਗੀ ਚੋਰੀ ਦਾ, ਐਂ ਆ ਵੀ ਠੱਗੀ ਚੋਰੀ ਮਾਰਿਆ ਕਰ, ਮਾਂ ਪਿਓ ਨੇ ਜਿਹੀ ਜੀ ਅਕਲ ਦਿੱਤੀ ਉਹੀ ਜੀ ਧੀ ਕਰੀ ਜਾਂਦੀ ਹੈ। ਭਾਈ ਆ ਮੇਰੇ ਸਰਦੀ ਦਾ ਇੱਕ, ਉਹ ਉਰੇ ਫਿਰਦਾ ਇੱਕ ਪਤਾ ਨਹੀਂ ਕਿੱਥੇ ਆ,
इश्क इश्क और किसी दा नहीं होया ए उमर खा गया सारी। हां की करी है ना वे? हां हां की करी है ना? हां मैं तो दिन तू मेनू कह देंदा तू सिस्टर होर काम कर ला मैं आपदे कपड़े ने मेरे माप तू माप दे डिपेंड आ मैं किसी ते डिपेंड नहीं हैगा जे जी कर तू ता मालिक ता तो नहीं खड़ी हैगी ना खड़े मैं खड़ाऊंगा फिर सारा दिन ते बुढ़िया मंगू लड़ी जाना रहना अगली क्यों खड़ूगी तेरे नाल मैं की करेगा की करे फिर तू ने की करेगा बथेरा कुछ कर गई ओ तेनू की दसां की कर गई तू मास्टर कपड़े तो सोहना लगदा जे किसी देख ले फिर की सोचो ओ मैं आपदा आप करूंगा बथेरे कैंपा ते गया खान गिजिया हुई ने अज दी 80% जनानियां आप नहीं कमाउंदियां मैं सलूट करदा हूं जनानियां नूं मैं सलूट करदा हूं लेडीज नूं जिहड़ियां आप कमा के आप खांदियां ने ਵਧੀਆ ਗੱਲ ਹੈ ਤੇਰੀ ਇੰਨੀ ਕੁ ਸੋਚ ਤਾਂ ਚੰਗੀ ਆ ਮੈਂ ਮਾੜਾ ਹਜੇ ਮਾੜਾ ਹੀ ਆ ਉਹ ਤਾਂ ਕਹਿੰਦੀ ਮੈਨੂੰ ਮਾੜਾ ਕਹਿੰਦਾ ਕਹਿੰਦੀ ਕਿ ਸਰਪੰਚ ਨਾਲ ਮਾੜੀ ਬਣਾ ਦਿੰਦਾ ਕਦੇ ਕਿਸੇ ਨਾਲ ਮਾੜੀ ਬਣਾ ਦਿੰਦਾ ਕਹਿੰਦੀ ਜੇ ਕੋਈ ਬਾਹਰ ਚਾਹ ਜਾ ਫਿਰ ਵੀ ਕਹਿੰਦਾ ਤੂੰ ਬੁਲਾਇਆਗਾ ਹਾਂ ਬੁਲਾਈ ਆ ਫਿਰ ਚਲੋ ਉਹ ਗੱਲਾਂ ਤਾਂ ਛੱਡੋ ਯਾਰ ਮਿੱਟੀ ਬਾਬਾ ਉਹ ਸਹੀ ਆ ਉਹ ਬਹੁਤ ਸਹੀ ਆ ਪਰ ਮੇਰਾ ਜਿਹੜਾ 1.5 ਲੱਖ ਰੁਪਈਆ ਉਹ ਕਿਉਂ ਲੈ ਕੇ ਗਈ ਆ ਮੈਂ ਘੱਟ ਉਹਨੂੰ ਮੈਂ ਕੁਛ ਦਿੰਦਾ ਨਹੀਂ ਤੀ ਕੀ ਪਤਾ ਫਰੂਟਸ ਮੈਂ ਲੈ ਕੇ ਦਿੰਦਾ ਉਹਨੂੰ ਹੈ ਸਭ ਕੁਛ ਮੈਂ ਲੈ ਕੇ ਦਿੰਦਾ ਹਜੇ ਵੀ ਚੋਰੀ ਕਰਨ ਦੇ ਹੱਥ ਇਹਦਾ ਮਾਂ ਪਿਓ ਜਿਹੇ ਜਿਹੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਤਾ ਮੇਰੀ ਗੱਲ ਸੁਣ ਉਹਦੇ ਮਾਂ ਪਿਓਆਂ ਨੇ ਜਿਹੀ ਜਿਹੀ ਸਿੱਖਿਆ ਤੀ ਉਹੀ ਜਿਹੀ ਕਰੀ ਜਾਂਦੀ ਹੈ ਚੰਗੀ ਸਿੱਖਿਆ ਮਿਲੀ ਨਹੀਂ ਹੁਣ ਤੈਨੂੰ ਇੱਕ ਹੋਰ ਸਲਾਹ ਦੇਵਾਂ ਮੈਂ ਫਿਰ ਕੀ ਪਤਾ ਉਹਦਾ ਭਾਈ ਵੀ ਕੁਛ ਚੱਕ ਕੇ ਲੈ ਜੇ ਉਹਨੂੰ ਵੀ ਤਾਂ ਡੱਕਰ ਦੇ ਤੂੰ ਕੀ ਤੂੰ ਇੱਥੋਂ ਉਹਦੇ ਭਰਾ ਨੂੰ ਕਿਉਂ ਬਿਠਾਇਆ ਤੂੰ ਉਹਦਾ ਭਾਈ ਮੈਂ ਜਾਣ ਕੇ ਬਿਠਾਇਆ ਹੋਇਆ ਮੇਰਾ ਕਿਹੜਾ ਦਿਮਾਗ ਨਹੀਂ ਹੈਗਾ ਅੱਖ ਪੜ ਲੈਣਾ ਮੈਂ ਅੱਖ ਪੜ ਲੈਣਾ ਮੈਂ ਬੰਦੇ ਦੀ ਅੱਛਾ ਵੀ ਉਹ ਸਹੀ ਹੈ 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 ਉਹ ਸਹੀ ਹੈ ਵੀ ਸਹੀ ਪਰ ਮੈਂ ਨਹੀਂ ਹੈਗਾ ਮੈਂ ਕੰਮ ਤਾਂ ਕਰਵਾਵਾਂ ਜਿਹੜਾ ਮੇਰੇ 1.5 ਲੱਖ ਰੁਪਇਆ ਲੈ ਕੇ ਗਿਆ ਮੈਂ ਉਹਦਾ ਪੂਰੇ ਕਰਾਂ ਤੂੰ ਇਹੋ ਜਿਹਾ ਕੰਮ ਕਰਵਾਏਂਗਾ ਤੇਰਾ ਘਰ ਵੇਚ ਜੂ ਸਾਰਾ ਵੇਚ ਜਾਣ ਤੇ ਕੋਈ ਨਾ ਉਹ ਦੇਖਾਂਗੇ ਮੈਂ ਵੀ ਅੱਖ ਪੜ ਲੈਣਾ ਕਹੇ ਜੇ ਬੰਦੇ ਨੇ ਇਹ ਇਹਨਾਂ ਦਾ ਕੋਈ ਇਹਦਾ ਭਾਈ ਇਹਦਾ ਨਹੀਂ ਚੰਗਾ ਮਾਂ ਇਹਦੀ ਨਹੀਂ ਚੰਗੀ ਆਪ ਇਹ ਨਹੀਂ ਚੰਗੀ ਬਥੇਰੀਆਂ ਮੇਰੇ ਨਾਲ ਕਰੀਆਂ ਨੇ ਮੈਂ ਐਵੇਂ ਭੁਗਤੀ ਜਾਂਦਾ ਉਹ ਤਾਂ ਤੈਨੂੰ ਵੀ ਇਹੀ ਪਸੰਦ ਸੀਗੀ ਹੁਣ ਤੇਰੀਆਂ ਵੀ ਤੇਰੀਆਂ ਉਦੋਂ ਚੱਲ ਲਵ ਹੋ ਗਿਆ ਉਦੋਂ ਲਵ ਹੋ ਗਿਆ ਸਿਸਟਰ ਲਿਵਿੰਗ ਚ ਰਹਿੰਦੀ ਰਹੀ ਹੈ ਚੰਡੀਗੜ੍ਹ ਇਹ ਹੁਣ ਪਤਾ ਲੱਗਿਆ ਮੈਨੂੰ ਫਿਰ ਤੇਰੀ ਅੱਖਾਂ ਫੁੱਟੀਆਂ ਤੀ ਉਦੋਂ ਨਹੀਂ ਤੈਨੂੰ ਦਿੰਦਾ ਤੀ ਉਦੋਂ ਤਲਾਕ ਦਿੰਦਾ ਜੇ ਤੈਨੂੰ ਪਤਾ ਲੱਗਿਆ ਤੀ ਉਦੋਂ ਮੈਂ ਸਾਰਿਆਂ ਨੂੰ ਯਾਰ ਬੈਲੀਆਂ ਨੂੰ ਦੱਸਤਾ ਦੀ ਛੋਟੀ ਭਰਜਾਈ ਇਹ ਆ ਜੇ ਮੈਂ ਤੇਰੇ ਵਰਗਾ ਫੂਕਰ ਉਹਦੀ ਦੱਸ ਦਿੰਦਾਗਾ ਤੇਰੇ ਵੀ ਉਹਦੀ ਪਤਾ ਲੱਗਦਾ ਤੇ ਖੌਂਸਲੇ ਪੈਂਦੇ ਨੇਗੇ ਤੂੰ ਛੱਡ ਇੱਧਰ ਮੈਂ ਤਾਂ ਨਹੀਂ ਪੜਾ ਖੜਾ ਹੋ ਮੈਂ ਆਪ ਹੀ ਕਰ ਲੂਗਾ ਉਹਦਾ ਕੰਮ ਤੁਸੀਂ ਅੰਦਰ ਜਾ ਕੇ ਜਿਹੜਾ ਕਰਨਾ ਜਾਂ ਤਾਇਆ ਨੂੰ ਸਾਂਭ ਲੋ ਬਾਗੇ ਤਾਇਆ ਨੂੰ ਸਾਂਭ ਲੋ ਨਾਲੇ ਹੋਰ ਸਾਂਭ ਲੋ ਮੈਂ ਤਾਂ ਤਲਾਕ ਦੇਊਂਗਾ ਮੈਂ ਤਾਂ ਹੁਣ ਮਾਸਟਰ ਇਕੱਠੇ ਕਰਦਾ ਸਾਰੇ ਆਪਾਂ ਤਾਂ ਨਿਮੇੜਾਂਗੇ ਆਪਾਂ ਤਾਂ ਕੋਈ ਹੋਰ ਵਿਆਹ ਕਰਵਾ ਲਾਂਗੇ ਮੇਰੀ ਗੱਲ ਸੁਣ ਲੈ ਮਾਸਟਰਾਂ ਨੂੰ ਇਕੱਠੇ ਕਰਨ ਦੀ ਲੋੜ ਨਹੀਂ ਜਲੂਸ ਕੱਢੇਗਾ ਤਾਂ ਸਰਪੰਚ ਤੇ ਮੈਂਬਰਾਂ ਨੂੰ ਇਕੱਠੇ ਕਰ ਦੇ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਮਾਸਟਰਾਂ ਦਾ ਉੱਥੇ ਕੀ ਕੰਮ ਆ ਹੈ ਕਰ ਲਾਂਗੇ ਦੇਖ ਲਾਂਗੇ ਸਾਬਣ ਸਾਰੀ ਕਸਾਈ ਜਾਂਦਾ ਇੱਕ ਕੱਪੜੇ ਦੀ ਅਕਲ ਤਾਂ ਹੈ ਨਹੀਂ ਤੈਨੂੰ ਧੋਣ ਦੀ ਛੱਡ ਇੱਧਰ ਸਾਰੇ ਨਿਖਰਦੇ ਨੇ ਦੇਖ ਲੈ ਲੈ ਮੈਂ ਤਾਂ ਦਾਲ ਬਣਾਉਣੀ ਤੇਰਾ ਕੀ ਹੈਗਾ ਭੁਗਤੂ ਜਈਆਂ ਜਾਂ ਕਰੀਆਂ ਨੇ ਭੁਗਤੂ करना प ਰਮਨ ਕਿੱਥੇ ਆ ਗਏ ਰਸਤੇ ਚ ਆ ਰਹੀ ਹਾਂ ਮੈਂ ਤੁਰੀ ਆ ਜੋ ਤੁਸੀਂ ਤਾਂ ਇੰਨਾ ਟਾਈਮ ਲਾ ਮੇਰੇ ਕਿਹੜਾ ਟਾਇਰ ਲੱਗੇ ਹੋਏ ਨੇ ਪਿੰਡ ਦੇ ਲੋਕ ਮੇਰੇ ਕਿ ਨਹੀਂ ਦੇਖਦੇ ਨੇ ਪਤਾ ਕਿਵੇਂ ਦੇਖ ਜਾਂਦੇ ਨੇ ਹੌਲੀ ਹੌਲੀ ਆਉਂਗੀ ਹੁਣ ਮੈਂ ਫਿਰ ਕੀ ਹੋਊਗਾ ਤੁਸੀਂ ਆ ਜਾਓ ਮੈਂ ਅੱਧਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਪਹਿਲਾਂ ਮੇਰੇ ਮਗਰ ਬੰਦੇ ਲੱਗ ਰਹੇ ਨੇ ਪੈਸਿਆਂ ਵਾਲੀ ਮਾੜੀ ਮੋਟੀ ਗੱਲ ਹੁੰਦੀ ਅੱਜ ਕੱਲ ਤਾਂ ਉਹੀ ਲੋਕ ਹੱਥ ਤੇ ਹੱਥ ਮਾਰਦੇ ਫਿਰਦੇ ਆ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਕਿਹੜਾ ਉੱਥੇ ਦਮ ਘੁੱਟਦਾ ਖੜਿਆ ਨਾ ਹੁਣ ਆ ਹੀ ਰਹੀ ਆ ਮੈਂ ਲੋਕ ਪਤਾ ਮੇਰੇ ਕਿ ਨਹੀਂ ਕਿਵੇਂ ਦੇਖ ਰਹੇ ਨੇ ਅਗਲੇ ਨੇ ਮੇਰੀ ਸੰਗੀ ਘੁੱਟ ਦੇਣੀ ਸੀ ਇਹਨੂੰ ਦਮ ਘੁੱਟਣ ਦਾ ਲੱਗ ਰਿਹਾ ਕੁਛ ਨਹੀਂ ਹੁੰਦਾ ਹੈਗਾ ਮੇਰੇ ਕੋਲ ਕਿਹੜਾ ਜਹਾਜ਼ ਆ ਆਉਣੀਆਂ ਖੜ ਜਾ 2 ਮਿੰਟ ਆ ਗਈ ਬੇ ਆ ਗਈ ਹਾਂ ਮਿੰਟਾਂ ਜਾ ਗਈ ਕਹਿੰਦੀ ਹੈ ਇਹ ਮਿੰਟ ਹੋਏ ਖੜੇ ਨੂੰ ਬਾਹਰ ਦੇ ਦੇਖ ਵੀ ਨਾ ਲਵੇ ਹਾਂ
ਲਿਆਇਆ ਪੈਸੇ ਹਾਂ ਲਿਆਇਆ ਪੈਸੇ ਤੈਂ ਕਰ ਆ ਗਹਾਰੀ ਦੇ ਉੱਲੇ ਰੱਖ ਦੇ ਮੈਂ ਤੇ ਚੱਕ ਲੂੰ ਕਿਉਂ ਗਹਾਰੀ ਉੱਲੇ ਨੂੰ ਕੀ ਕਿੱਧਰ ਨੂੰ ਆ ਰਿਹਾ ਤੂੰ ਜੇ ਕਿਸੇ ਨੂੰ ਦੇਖ ਲਿਆਈ ਮੇਰੇ ਗਲ ਸਿਆਪਾ ਪੈ ਜੂ ਕਿਉਂ ਮੇਰੇ ਜੁੰਡੇ ਪਟਾਏਗਾ ਕਿੱਧਰੇ ਨਹੀਂ ਕੁਛ ਹੁੰਦਾ ਚਾਹ ਨਹੀਂ ਪਾਣੀ ਨਹੀਂ ਸਿੱਧੀ ਪੈਸਿਆਂ ਦੀ ਪੈ ਗਈ ਇੱਥੇ ਲੱਛੇ ਵਾਲੇ ਬੈਠੇ ਤੈਨੂੰ ਚਾਹ ਪਾਣੀ ਪਲਾਉਂਦੇ ਲੱਛੇ ਵਾਲੇ ਪਾ ਕੇ ਜਾਂਦੇ ਬੈਠੇ ਆ ਗਹਾਰੀਆਂ ਚ 2 ਮਿੰਟ ਲੱਗਣਗੇ ਮੋਟਰਸਾਈਕਲ ਤੇ ਮੈਂ ਤਾਂ ਕਿਉਂ ਮੇਰੇ ਥੱਪੜ ਪਵਾਏਗਾ ਕਿਸੇ ਤੋਂ ਕਿੰਨੇ ਨੇ ਇਹ 30,000 ਰੁਪਇਆ ਪੂਰਾ ਮੈਂ ਮਰ ਜਾ ਮੈਂ ਤੈਨੂੰ ਕੀ ਕਿਹਾ ਸੀ ਵੀ ਮੈਨੂੰ ਲੱਖ ਡੂਢ ਲੱਖ ਰੁਪਏ ਦੀ ਲੋੜ ਦੇਖੀ ਤੈਨੂੰ ਮੈਂ ਕਹਿ ਕੇ ਤਾਂ ਹਟਿਆ ਮੰਮੀ ਦਾ ਸਟੰਟ ਪੈਣ ਵਾਲਾ ਦੱਸ ਕੇ ਦਿਨ ਖੜ ਜਾ ਪੈਣੇ ਮੈਂ ਆਪਦਾ ਸਟੰਟ ਹੀ ਕਢਾ ਕੇ ਦੇ ਦੂੰ ਤੂੰ ਮਰੂ ਕੰਨ ਤੇ ਐ ਕਿਵੇਂ ਮਰੇਂਗੇ ਇੱਕ ਮੈਂ ਵੀ 2 ਮਾਰੂ ਪਤਾ ਕਿੰਨੇ ਪਾਪੜ ਵੇਲਣੇ ਪਏ ਨੇ ਪੈਸੇ ਲੈਣ ਪਿੱਛੇ ਆਵੇ ਬਾਜੇ ਤੇਰਾ ਪੇੜਾ ਮੈਨੂੰ ਤਾਂ ਪਹਿਲੀ ਪਤਾ ਤੇ ਤੂੰ ਪਾਪੜ ਵੇਚਦਾ ਉਹ ਪਾਪੜ ਕਾਹਨੂੰ ਵੇਚਦਾ ਮੇਰੇ ਕਹਿਣ ਦਾ ਮਤਲਬ ਇਹ ਆ ਮੈਂ ਕਿਹਾ ਵੀ ਪੈਸੇ ਇਕੱਠੇ ਕਰਨ ਵਾਸਤੇ ਇੰਨੇ ਪਾਪੜ ਵੇਲੇ ਨੇ ਲੋਕਾਂ ਦੀਆਂ ਮਿੰਨਤਾਂ ਕਰੀਆਂ ਨੇ ਅੱਛਾ ਪਾਪੜ ਥੋੜੀ ਵੇਚਦਾ ਮੈਂ ਫਿਰ ਐ ਸਮਝਾਇਆ ਕਰ ਮੈਂ ਤਾਂ ਤੇਰੀ ਸ਼ਕਲ ਦੇਖ ਕੇ ਧੋਖਾ ਖਾ ਗਈ ਸੀ ਫਿਰ ਮੈਂ ਪਾਪੜ ਵੇਚਣ ਵਾਲਾ ਲੱਗਦਾ ਨਹੀਂ ਤੈਨੂੰ ਪਤਾ ਮੈਂ ਤੇਰੇ ਨਾਂ ਪਿੱਛੇ ਕੀ ਲਿਖਿਆ ਹੋਇਆ ਪਰੀਆਂ ਦੀ ਰਾਣੀ ਪੈਸੇ ਖਾਣੀ ਤੀਜੇ ਦਿਨ ਪੈਸੇ ਸਾਲਾ ਕਿਸ਼ਤ ਭਰਨ ਲਈ ਰੱਖ ਰੱਖਿਆ ਮੈਨੂੰ ਤਾਂ ਰੋਣ ਬਹਿ ਜਾਂਦੀ ਆ ਰਮਣ ਕਿਦਾਂ ਤੂੰ ਫਿਰ ਤੈਨੂੰ ਪਤਾ ਤਾਂ ਹੈਗਾ ਜਵਾਕਾਂ ਨੂੰ ਵੀ ਕਰਦੀ ਆ ਫਿਰ ਮੇਰਾ ਕਿਹੜਾ ਹੈਗਾ ਤੇ ਤੂੰ ਬਿਨਾ ਕੋਈ ਮੈਂ ਤੇਰੇ ਅੱਗੇ ਹੱਥ ਅੱਡੂੰਗੀ ਤੈਨੂੰ ਡੈਡੀ ਦਾ ਤਾਂ ਪਤਾ ਤਾਂ ਫਿਰ ਮੈਂ ਕਿਹਦੇ ਲਵੇ ਅੱਡਾ ਮੈਨੂੰ ਤਾਂ ਦੱਸ ਦੇ ਚੱਲ ਚੰਗਾ ਹੁਣ ਤੂੰ ਜਾ ਬਾ ਜਵਾ ਕੇ ਜਾ ਚਾਹ ਪਾਣੀ ਤਾਂ ਪਿਆ ਲੈਂਦੀ ਪਹਿਲੀ ਭੇਜ ਦਿੰਦੇ ਆ ਦੇਖੀ ਅੱਜ ਇੰਨੇ ਟਾਈਮ ਬਾਅਦ ਆਇਆ ਮੈਂ ਤੈਨੂੰ ਇੱਥੇ ਮੈਂ ਕਿੱਥੋਂ ਗੋਲੀ ਵਾਲਾ ਪੱਤਾ ਲਿਆ ਕੇ ਦਵਾਂ ਭੱਗ ਜਾ ਮੈਂ ਇੱਥੇ ਕੋਕ ਪੀ ਲਾਂਗੇ ਗੋਲੀ ਮੈਂ ਬੱਚੇ ਨੂੰ ਛੱਡਾਂ ਭੱਗ ਜਾ ਕਿਉਂ ਮੇਰੇ ਜੁੰਡੇ ਪਟਾਏਗਾ ਇੱਥੇ ਕਿਹੜਾ ਹੁੰਦਾ ਰਮਨ ਤੂੰ ਹੀ ਕਰਦੀ ਹੁੰਨੀ ਆ ਜਾਨਾ ਕਿ ਨਹੀਂ ਹੁਣ ਤੂੰ ਮੈਂ ਚੰਗਾ ਨਹੀਂ ਫੋਨ ਕਰ ਲਈ ਸ਼ਾਮ ਨੂੰ ਚੰਗਾ ਅੱਗ ਲਾ ਲੂੰ ਕਰ ਲੂੰ ਤੈਨੂੰ ਫੂਕ ਲੂੰ ਫੋਨ ਇੱਕ ਤਾਂ ਡਰਾਉਂਦੀ ਵਾਲਾ ਯਾਰ ਗਲਤ ਪੰਗਾ ਲੈ ਤਾਂ ਜਿਹੜੀ ਇਹ ਸਨਕੀਨ ਨੂੰ ਜਿਹੜੀ ਜੋੜੀ ਆ ਗਈ ਫੈਵੀ ਫੂਵੀ ਕੋਲ ਪਾਇਆ ਏ ਉਹਾ ਪਾ ਦਿੰਦਾ ਅੱਛਾ ਸਾਫ਼ ਕਰ ਦਿੰਦਾ ਇੱਕ ਗੋਲੀ ਦੇਤੀ ਕੰਮ ਠੀਕ ਇਹ ਪੈਂਦੀ ਗਲੇਡੀਏਟਰ ਹੀ ਹੋ ਜਾਂਦਾ ਹੈ ਕੰਮ ਮੇਰੀ ਇੱਕ ਸੁਣ ਗੱਲ ਪੁੱਤ ਹਾਂ ਹੈ ਆ ਜਿਹੜੀਆਂ ਕਰਦਾ ਬਦਮਾਸ਼ੀਆਂ ਇਹ ਛੱਡਦੇ ਤੇਰਾ ਰਿਸ਼ਤਾ ਨਹੀਂ ਹੋਣਾ ਜੇ ਗਲਤੀ ਨਾਲ ਹੋ ਗਿਆ ਤੇਰਾ ਰਿਸ਼ਤਾ ਟੁੱਟੂ ਮੈਥੋਂ ਲਿਖਿਆ ਕੀ ਲੈ ਲਾ ਅਸੀਂ ਬੈਲੀਆਂ ਨੇ ਬੈ ਹਾਂ ਹੁਣ ਮੇਰੀ ਸੁਣ ਗੱਲ ਸਾਡੀ ਕਿਹੜਾ ਮੇਰੀ ਸੁਣ ਗੱਲ ਮੇਰੀ ਸੁਣ ਗੱਲ ਮੜਾ ਜਾ ਬੈਲੀਆਂ ਨੇ ਬੈਲ ਪਕਾਉਣੇ ਨੀ ਸਾਡੀ ਕਿਹੜਾ ਮੰਗ ਸੁੱਟ ਜੂ ਮੰਗ ਕਿਵੇਂ ਤਾਂ ਵਿਆਹੀ ਹੋਈ ਨੀ ਰਹੀ ਛੜੀ ਉਹ ਵੀ ਭੱਜ ਗਈ ਲੱਸਣ ਮਾੜੇ ਦੀ ਤੂੰ ਉਹ ਲੈਵਲ ਦਾ ਬੈਲ ਪੁਣਾਣੀ ਨਾ ਕਰਿਆ ਨੀ ਕਹਿੰਦੇ ਸਾਡੇ ਤਾਂ ਲੈ ਜਿਹੜੇ ਅਸੀਂ ਲੈਵਲ ਦਾ ਬੈਲ ਪੁਣਾ ਕਰ ਰਹੇ ਹਾਂ ਸਾਡੀਆਂ ਤਾਂ GST ਕੱਟਦੀਆਂ ਨੇ ਇੱਕ ਬੰਦਾ ਮਾਰੇ ਪਿੱਛੇ ਸਾਨੂੰ 2,000 ਮਿਲਦਾ ਹੈ ਰਹਿੰਦੇ ਨੀ ਪੁੱਤ ਲੱਕ ਤੋੜ ਤੇ 500 ਰੁਪਇਆ ਮਿਲਦਾ ਸਰਕਾਰ ਵੱਲੋਂ ਸਾਰੇ ਚੱਕਰ ਤੇ ਆਈ ਜਾਂਦੇ ਨੇ ਪਤਾ ਨੀ ਕਾਥੋਂ ਹਰਿਆਣਾ ਕੱਲ ਦੇ ਆਈ ਜਾਂਦੇ ਨੇ ਹਰਿਆਣਾ ਨਹੀਂ ਮਾਰਦੀ ਆ ਝੂਟਾ ਹੈ ਝੂਟਾ ਮਾਰਦੇ ਹਰਿਆਣਾ ਮੈਂ ਤਾਂ ਪੀਤੀ ਨਹੀਂ ਮੈਂ ਤਾਂ ਪੀਤੀ ਤੈਨੂੰ ਪਤਾ ਮੈਂ ਨੇਮ ਕਰ ਲਿਆ ਮੈਂ ਛੱਡਤੀ ਐਵੇਂ ਨਹੀਂ ਹੁੰਦਾ ਜਿਹੜਾ ਇਹ ਜਿਹੜਾ ਇੰਜਣ ਹੁੰਦਾ ਆਪਣਾ ਬਾਈਕ ਦਾ ਜਦੋਂ ਇਹਦੇ ਪੈਪ ਦੇ ਵਿੱਚ ਥੋੜੀ ਥੋੜੀ ਦਾਰੂ ਆਉਂਦੀ ਆ ਉਹ ਐ ਹੀ ਨਹੀਂ ਕਰਦਾ ਐ ਜੇ ਇਹ ਉਹੀ ਕੰਮ ਹੈ ਉਹੀ ਸਿਸਟਮ ਹੈ ਇਹਦਾ ਬਦਬੂ ਹੀ ਮਰੀ ਜਾਂਦੀ ਆ ਮੂੰਹ ਤੋਂ ਜਿਵੇਂ ਤੂੰ ਲਾਲਾ ਸਾਹਿਬ ਵੀ ਬੰਦਾ ਰਾਤ ਨੂੰ ਦਾਰੂ ਪੀਂਦਾ ਹੈ ਦਾਰੂ ਪੀ ਕੇ ਤੂੰ ਸਵੇਰੇ ਉੱਠਦਾ ਹੈ ਉਹਦੇ ਮੂੰਹ ਚੋਂ ਹਵਾੜ ਆਉਂਦੀ ਹੈ ਉਹ ਆਉਂਦੀ ਹੈ ਜਦੋਂ ਲਾਉਣਾ ਉਹਨਾਂ ਤੂੰ ਇੰਨਾ ਕੁ ਦੰਤ ਕਾਂਤੀ ਦਾ ਪੇਸਟ ਪਾਇਆ ਕਰ ਦਾਰੂ 'ਚ ਮੈਂ ਉਹ ਕਰਦਾ ਹੁੰਦਾ ਕੀ ਆਹਾ ਤਾਂ ਇਹ ਕੀ ਕਰਦਾ ਐਕਸਰਸਾਈਜ਼ ਦਾਤਨ ਕਰ ਲੈ ਐਂ ਦਾਤਨ ਹੁੰਦੀ ਆ ਮੈਂ ਉਹ ਹੁੰਦਾ ਮੇਰੇ ਦਾ ਦੰਦ ਮੋਤੀਆਂ ਵਾਂਗੂ ਲਿਸਕ ਦੇ ਤੇ ਦਾਤਨ ਕਰ ਦੇ ਦੇ ਹੁਣ ਤਾਂ ਚੱਲ ਪਏ ਕੀ ਲਗੇ ਉੱਠ ਜੇ ਉਹ ਇਹਨਾਂ ਤੋਂ ਥੋੜੇ ਹੁੰਦੇ ਨਹੀਂ ਆ ਕਿਲੋ ਗੱਟਾ ਜੇ ਨਾਲ ਮੇਰੇ ਸਾਹ ਦੇ ਦੇ ਕੀ ਭੈਣ ਦਾ ਨਾਂ ਸੀ ਮੈਂ ਜੋ ਚੱਕ ਕੇ ਲੈਂਦੇ ਫੁੱਲਾਂ ਨਾਲ ਦੰਦ ਤੇ ਹੁਕ ਕੀ ਹੁਕ ਕੀ ਮਨੋਜ ਗੁਪਤਾ ਨਹੀਂ ਜਾਂਦੀ ਉਹ ਨਾਲ ਮਹੱਸ ਲੱਗਦਾ ਸਾਲਾ ਆਪਣੇ ਘਰ ਨੂੰ ਜਾਂਦੇ ਆ ਭੱਜ ਕੇ ਰਲੀਏ ਨਾਲ ਮਣਾ ਜਾ ਪੱਟ ਪੱਬ ਹੋਰ ਮੱਲਾ ਠੀਕ ਆ ਉਹ ਤੂੰ ਕਿੱਧਰ ਭੱਜ ਲਿਆ ਮਹੇਸ਼ ਤੁਰ ਕੇ ਜਾਣ ਨਾਲ ਤਾਂ ਬਾਈਕ ਹੀ ਲੈ ਆਉਂਦੇ ਕੋਈ ਨਹੀਂ ਬੰਦਾ ਹਲਕੇ ਹੋ ਗੁੱਸਾ ਫਿਰਦਾ ਮਹੇਸ਼ ਇਹ ਗੱਗੀ ਨਹੀਂ ਲੱਗਦਾ ਲੱਗਦਾ ਤਾਂ ਹੋਈ ਹੈ ਜੀ ਪਰ ਇਹ ਕਿੱਧਰੋਂ ਭੱਜ ਪਾਇਆ ਜੀ ਵੀ ਮਗਰ ਆਉਂਦੇ ਨਹੀਂ ਹਾਂ ਹਾਂ ਇੱਕ ਮਿੰਟ ਪੁੱਛ ਲੈਨੇ ਆ ਹੋਰ ਭਾਈ ਠੀਕ ਆ ਹਾਂਜੀ ਹਾਂਜੀ ਮੁਖਿਆਰ ਜੀ ਕਿਵੇਂ ਹੋ ਮੈਂ ਠੀਕ ਆ ਠੀਕ ਆ ਜੀ ਤੂੰ ਠੀਕ ਆ ਭਾਈ ਹਾਂ ਮੈਂ ਠੀਕ ਆ ਜੀ ਹਾਂ ਜੀ ਹੋ ਗਏ ਮੈਂ ਦੇਖੀ ਜੀ ਨਹੀਂ ਹੈ ਤੁਸੀਂ ਇਧਰੋਂ ਕਿਧਰੋਂ ਮੈਂ ਡਾਕਟਰ ਦੇ ਜਾ ਕੇ ਆਇਆ ਮੜਾ ਜਾ ਕਿਵੇਂ ਠੀਕ ਹੋ ਤਾਈ ਮੈਂ ਤਾਂ ਠੀਕ ਆ ਮੈਨੂੰ ਕੀ ਡਾਕਟਰ ਦੀ ਉਹ ਗੱਗੀ ਆ ਹੋ ਗਈ ਨਕਸੀ ਜੀ ਅੱਛਾ ਅੱਛਾ ਜੀ ਉਹ ਤਾਂ ਬਿਲਕੁਲ ਸਹੀ ਸੀਗੇ ਭੱਜੇ ਜਾ ਰਹੇ ਸੀ ਲਸਕੀਰੇ ਟੁੱਟੀ ਆ ਭਾਈ ਲੱਤ ਥੋੜਾ ਟੁੱਟੀ ਆ ਨਾਲੇ ਬੌਲਾ ਗੰਜਰ ਦੇ ਦਾ ਕਮਲਾ ਪਤਾ ਨਹੀਂ ਕੀ ਉੱਠ ਖੜਦਾ ਉਹਦੇ ਬੰਦੇ ਜਾ
ਤੁਹਾਨੂੰ ਦੇਖ ਕੇ ਭੱਜ ਲਿਆ ਪਤਾ ਨਹੀਂ ਕੀ ਫਿਰ ਕਿੱਥੇ ਰਹੇ ਇੰਨੇ ਦਿਨ ਜੀ ਮੈਂ ਕਿਹਾ ਦਿਖੇ ਹੀ ਨਹੀਂ ਤੁਸੀਂ ਬਸ ਕਿੱਥੇ ਰਹਿਣਾ ਜੀ ਮੂਲ ਕੋਲ ਕੋ ਕੇ ਰੱਖਦੇ ਆ ਚੱਲੇ ਕਿੱਧਰ ਤੁਹਾਡੇ ਘਰ ਚੌਂਕਾ ਚੱਲ ਭਾਈ ਵਧੀਆ ਤੂੰ ਐ ਫਿਰ ਤੂੰ ਰਹਿ ਇੱਥੇ ਅਸੀਂ ਜਾਇਆ ਉਹਨਾਂ ਮੈਂ ਲੈ ਜਾਣਾ ਕੋਈ ਨਾ ਅਸੀਂ ਗੱਲ ਕਰਨੀ ਸੀ ਜ਼ਰੂਰੀ ਕੋਈ ਨਾ ਮੈਂ ਕਰ ਲਾਇਆ ਨਾ ਘਰੇ ਕਿਹੜੀ ਗੱਲ ਨਹੀਂ ਸਰ ਨਾਲ ਜ਼ਰੂਰੀ ਗੱਲ ਕਰਨੀ ਸੀ ਤਾਂ ਜਾ ਰਹੇ ਤੁਰਕੀ ਜਾ ਰਹੇ ਭਾਈ ਸਕੂਟਰ ਚੱਕ ਲਾਂਦੇ ਫਿਰ ਲੱਭੇ ਘਰ ਆ ਜੀ ਮੈਂ ਕਿਹਾ ਮੈਂ ਨਹੀਂ ਤੋਰੀ ਦਾ ਹੁੰਦਾ ਮੈਡਮਾਂ ਦਾ ਤੂੰ ਲੱਤਾਂ ਲੁੱਤਾਂ ਹੋ ਲੱਗ ਜਾਂਦੇ ਹੁਣ ਮੈਂ ਲੈ ਜਾਂਦਾ ਚਾਹ ਮੈਂ ਚੱਕ ਲਿਆ ਸਾਈਕਲ ਮੈਂ ਲੈ ਜੂ ਬਿਠਾਈ ਨਾ ਕੋਈ ਗੱਲ ਨਹੀਂ ਮੈਂ ਤਾਂ ਚੱਕ ਲਾਂ ਚੱਲ ਹੋਰ ਨਹੀਂ ਨਹੀਂ ਕੋਈ ਗੱਲ ਨਹੀਂ ਚਲੇ ਚਲਦੇ ਆਂਗੇ ਤਾਂ ਠੀਕ ਦੀ ਉਹਦਾ ਉਹਨੇ ਸਕੀ ਜੀ ਟੁੱਟ ਗਈ ਉਹਦੀ ਉਹੀ ਬਸ ਦਲਵੀਰ ਸਰ ਘਰੀ ਨੇ ਕਰੀਆਂ 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 ਪਈ ਕਰੀ ਉਹਨੇ ਕਿੱਥੇ ਜਾਣਾ ਹੈ ਉਹ ਕਿੱਥੇ ਨਾ ਘਰ ਵਾਲੀ ਭੱਜ ਗਈ ਉਹਦੀ ਕਿੱਥੇ ਆਜ਼ਾਦ ਹੀ ਕੁੱਟ ਕੇ ਗੰਜਰ ਦੇ ਪਤਾ ਨਹੀਂ ਕੀ ਹੋ ਗਿਆ ਕੀ ਇਹਨੂੰ ਆਉਂਦੀ ਹੈ ਕੀ ਨਾ ਭਾਈ ਚੰਗੀ ਭਲੀ ਦੀ ਕੁੱਟ ਕੇ ਭਜਾਤੀ ਓਹੋ ਹੁਣ ਆਪੇ ਪਕਾਉਂਦਾ ਆਪੇ ਖਾਂਦਾ ਮਿੱਤੀ ਫਲਾਈ ਹੈ ਜਿਹੇ ਜਿਹਾ ਕਰਨੀ ਇਹੋ ਜਿਹਾ ਭਰਨੀ ਹੈ ਜੀ ਤਾਂ ਹੀ ਆਈ ਹੈ ਬੈਠ ਕਾਲਾ ਮਿੱਤੀ ਆ ਜਾਂਦੀ ਹੈ ਮੇਰੇ ਕਰਕੇ ਮੈਂ ਚੱਲ ਕਾਹਨੂੰ ਪਈ ਭੁੱਖਾ ਮਰੂਗਾ ਕਾਹਦੇ ਵਾਸਤੇ ਮੈਂ ਆਪਾਂ ਜਵਾਹ ਦਾ ਲਹੂ ਪੀਣਾ ਨਿਵੇਸ਼ ਜੇ ਆਪਾਂ ਕਿਸੇ ਨਾਲ ਕਰਦੇ ਆ ਨਾ ਉਹੀ ਅੱਗੇ ਆਉਂਦੀ ਹੈ ਜੀ ਭਰਨੀ ਹੁੰਦੀ ਆ ਹੁੰਦੀ ਹੈ ਤਾਂ ਉਹੀ ਗੱਲ ਹੋ ਗਈ ਕਹਿੰਦੇ ਜੇ ਆਪਦਾ ਮਾਰੂ ਤਾਂ ਸਾਹਮਣੇ ਡੇਗੂ ਹੈ ਮੈਂ ਤਾਂ ਫਿਰ ਵੀ ਸੋਚ ਲਾਂਦਾ ਇਹਦੀ ਤਾਇਆ ਜੀ ਮੈਂ ਸੋਚ ਲਾਂਦਾ ਮੇਰੇ ਨਾਲ ਬਾਲੀ ਬੁਰੀ ਕੀਤੀ ਆ ਸਾਰਿਆਂ ਨਾਲ ਕਰਦਾ ਭਾਈ ਤੂੰ ਕਿਹੜਾ ਨੇੜੇ ਦੀਆਂ ਦੱਸ ਹੈ ਸਾਰਿਆਂ ਨਾਲ ਹੀ ਕਰਦਾ ਮੇਰੇ ਨਾਲ ਮਾੜੀ ਕਰਦਾ ਮੈਂ ਫੇਰ ਜਾਂਦਾ ਇੰਨਾ ਕਰਦਾ ਇਹਦਾ ਮੈਂ ਚੱਲ ਕੋਈ ਨਾ ਹੋਰ ਮੈਂ ਦੇਖ ਲਾ ਮੈਂ ਰਹਿਣਾ ਰਹਿ ਜਾ ਮੈਂ ਲੈ ਜਾਣਾ ਕੋਈ ਨਾ ਕੋਈ ਨਾ ਜੀ ਹੈ ਮੈਂ ਨਾਲ ਹੀ ਜਾਊਂਗਾ ਆਹ ਦੀ ਕਰ ਲੈ ਕਿੱਡੀ ਕੁ ਦੂਰ ਦਾ ਕੰਮ ਕਰ ਲੈ ਕੋਈ ਸਕੂਲ ਦਾ ਬਸ ਕੰਮ ਨਿਬੜ ਗਈ ਤਾਂ ਨਾਲ ਆ ਨਹੀਂ ਨਹੀਂ ਮੇਰੇ ਨਾਲ ਹੀ ਆਏ ਨੇ ਨਾਲ ਹੀ ਜਾਣਗੇ ਕੋਈ ਮੈਂ ਤਾਂ ਕੀ ਕਹਣਾ ਮੈਂ ਤਾਂ ਨਹੀਂ ਆ ਕਹਿੰਦਾ ਨਾ ਤੁਸੀਂ ਮਾੜਾ ਮੋਟਾ ਸਮਝਾਇਆ ਕਰੋ ਮੈਂ ਸਮਝਾਇਆ ਕਿੱਥੇ ਸਮਝਦਾ ਉਹ ਮੇਰੇ ਸਮਝਾਇਆ ਕਿੱਥੇ ਮਾਸਟਰ ਜੀ ਕਿਵੇਂ ਪੜ੍ਹਾਈ ਚੱਲਦੀ ਹੈ ਸਕੂਲਾਂ 'ਚ ਹੁਣ ਪੜ੍ਹਾਈ ਬਹੁਤ ਵਧੀਆ ਚੱਲੀ ਜਾਂਦੀ ਹੈ ਜੀ ਟੀਚਰ ਇਮਾਨਦਾਰ ਹੋਣੇ ਚਾਹੀਦੇ ਨੇ ਇਹ ਤਾਂ ਗੱਲ ਹਾਂ ਪੜ੍ਹਾਈਆਂ ਬਸ ਬੱਚੇ ਹੁਣ ਪੜ੍ਹ ਨਹੀਂ ਰਹੇ ਪਲੱਸ 2 ਕਰਨ ਤੋਂ ਬਾਅਦ ਬਾਹਰੇ ਵਗ ਜਾਂਦੇ ਨੇ ਹਾਂ ਜੀ ਕੁਝ ਡਰਦੇ ਵੀ ਨਹੀਂ ਹੈਗੇ ਬੱਚੇ ਮਾਸਟਰਾਂ ਤੋਂ ਘੱਟ ਨਹੀਂ ਨਹੀਂ ਹੁਣ ਤਾਂ ਮੋਬਾਈਲ ਰੱਖੇ ਬੈਠੇ ਨੇ ਮੈਂ ਤਿੰਨ ਫੜੇ ਨੇ ਗੱਲ ਠੀਕ ਹੈ ਦਾਦਾ ਤੂੰ ਤਾਂ ਲੈ ਲਿਆ ਰਿਮਾਂਡ ਤੇ ਕਿਵੇਂ ਜੀ ਪਿੰਡ ਦੀ ਵਾਰ ਪੜਾ ਲੱਡਾ ਕੋਠੀ ਵਾਲੇ ਆ ਰਹੇ ਨੇ ਕੀ ਗੱਲ ਹੋ ਗਈ ਮਨੋਜ ਮੈਂ ਮਾਰੀ ਹੈ ਨਾਲ ਪੁਲਿਸ ਲਈ ਆਉਂਦੇ ਨੇ ਨਹੀਂ ਪੁਲਿਸ ਨਹੀਂ ਹੈਗੀ ਤਾਂ ਕੱਲੀ ਹੈ ਪੱਖੀ ਹੋਈ ਬਹੁਤਾ ਪਰ ਨਾ ਕਿੱਧਰ ਦੇ ਆ ਰਹੇ ਨੇ ਹਾਂ ਇਹਦੀ ਆ ਰਹੇ ਨੇ ਮੈਂ ਤੁਹਾਨੂੰ ਦੱਸਣ ਆਇਆ ਭੱਜ ਕੇ ਅੱਛਾ ਹਾਂ ਸੌਣ ਲੱਗੇ ਲੈ ਲਿਆ ਰਿਮਾਂਡ ਤੇ ਸੱਚੀ ਆ ਰਹੇ ਨੇ ਨਹੀਂ ਸੁਣਾ ਬੱਬੇ ਸੌਣ ਲੱਗੇ ਸਵੇਰ ਆਈ ਮੈਨੂੰ ਯਕੀਨ ਨਹੀਂ ਹੈਗਾ ਵਗ ਗਿਆ ਫਿਰ ਹਿੰਦੀ ਵਰਤ ਪਾਣੀ ਉੜਦਾ 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 ਮੋਰ ਬਣ ਜਾ ਮੋਰ ਪੀਕਾਕ ਬਣ ਜਾ ਜਲਦੀ ਜਲਦੀ ਚੱਲ 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 ਮਿਲਖਾ ਸਿੰਘ ਮਿਲਖਾ ਸਿੰਘ ਦੌੜ 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 ਮੈਂ ਕਾਹ ਤੋਂ ਭੱਜੀ ਜਾਣਾ ਫਿਰ ਆਪਾਂ ਨੂੰ ਕੀ ਸਟੈਨੋ ਹੈ ਸਟੈਨੋ ਆਪਾਂ ਨੂੰ ਕੀ ਹੈ ਨਾਈਸਲੀ ਜੀ ਹਾਂ ਤੂੰ ਸੱਪ ਦੇ ਬੱਚੇ ਲਮਕ ਦਿਲ ਤਾਂ ਜੁੜ ਗਏ ਨੇ ਪਰ ਦੋ ਨੰਬਰ ਮੈਂ ਤੇ ਵਾ ਤੇਰੇ ਉੱਚੇ ਲੰਮੀ ਹੀਲ ਨਹੀਂ ਜੀ ਦੋ ਇੱਧਰ ਜਾ ਫਿਰ ਦੋ ਨੰਬਰਾ ਓਏ ਨਹੀਂ ਯਾਰ ਆ ਦੋ ਬੂੰਦ ਪੋਲੀਓ ਤੂੰ ਰਜਾਈਆਂ ਲਿਆ ਕੇ ਦੇ ਸੁਣਦਾ ਤਾਂ ਹੀ ਨਹੀਂ ਮੈਂ ਨਾਟਕ ਕਰਨਾ ਕਿਹੜਾ ਨਾਟਕ ਕੇਰ ਸਿੰਘ ਦੀ ਮੌਤ ਆ ਓ ਯਾਰ ਮੈਂ ਤੇਰੇ ਜੀਜੇ ਦੀ ਮੌਤ ਕਰਨਾ ਤੂੰ ਰਜਾਈਆਂ ਦਾ ਕੀ ਲੈਣ ਦੇਣਾ ਮੈਂ ਹੁਣੇ ਲਿਖ ਕੇ ਲਿਆ ਵੀ ਚ ਤੂੰ ਲਿਆ ਦੇ ਮੈਡਮ ਆਉਣ ਵਾਲੀ ਆ ਖੜ ਜਾ ਫਿਰ ਮੈਂ ਨਹੀਂ ਆਦਾ ਕਰਚ ਕਰਚ ਮੇਰੇ ਉੱਤੇ ਰਜਾਈਆਂ ਪਾ ਦੇ ਕਿਉਂ ਮੈਂ ਬਹੁਤ ਟਾਈਮ ਦਾ ਬਿਮਾਰ ਆ ਕਦੋਂ ਹੈ ਕੀ ਹੋ ਗਿਆ ਤੈਨੂੰ ਨਹੀਂ ਵੀ ਮੈਂ ਨਾਟਕ ਕਰ ਰਿਹਾ ਕਿਉਂਕਿ ਮੈਡਮ ਆ ਜੂਗੀ ਨਾ ਪੈਸੇ ਕਰਚ ਉਰੇ ਆ ਕੀ ਹੋ ਗਿਆ ਉਹ ਮੇਰੀ ਗੱਲ ਸੁਣ ਹਾਂ ਮੈਡਮ ਆਊਗੀ ਮਨੋਜ ਕੋ ਉਤਾਰੀਏ ਤੁਰੇ ਫਿਰ ਮੈਂ ਕੀ ਕਰਾਂ ਤੂੰ ਤਾਂ ਰੋਜ਼ ਹੀ ਕਹਿੰਦੇ ਨੇ ਮੈਂ ਥੋੜੀ ਚਾਚੂ ਬਣਦੀ ਕੋਈ ਚਾਲੀ ਦੇ ਨਹੀਂ ਮੇਰੀ ਗੱਲ ਸੁਣ ਮੇਰੇ ਤੇ ਦੋ ਰਜਾਈਆਂ ਦੇ ਦੋ ਤੇ ਉਹਨੂੰ ਕਹਦੇ ਤਾਂ ਬਹੁਤ ਬਿਮਾਰ ਆ ਮੈਂ ਬੋਲਦਾ ਨਹੀਂ ਹੈਗਾ ਠੀਕ ਆ ਮੈਂ ਕਿਉਂ ਕਹਾਂ ਵੀ ਮੈਨੂੰ ਕੀ ਲੋੜ ਹੈਗੀ ਅਸੀਂ ਨਹੀਂ ਝੂਠ ਬੋਲਦੇ ਸਾਡਾ ਪਰਿਵਾਰ ਨਹੀਂ ਝੂਠ ਬੋਲਦਾ ਹੈਗਾ ਓਏ ਨਹੀਂ ਜੀ ਤੁਸੀਂ ਐ ਕਰੋ ਮੈਡਮ ਆਉਣ ਵਾਲੀ ਆ ਮੈਨੂੰ ਬਚਾ ਲਓ ਗੱਲ ਦੱਸ ਪਹਿਲਾਂ ਗੱਲ ਕੀ ਆ ਗੱਲ ਤਾਂ ਮੈਂ ਪੈਸੇ ਲੈਤੇ ਸੀਗੇ ਉਹ ਇਹਦੀ ਭੈਣ ਲੈ ਕੇ ਬਾਗੀ ਹੁਣ ਮੈਂ ਕੀ ਜ਼ਬਾਨ ਕਰਾਂ ਇਹਦੇ ਭੈਣ ਦੀ ਜਵਾਰ ਪਟਾ ਯਾਰ ਨਾਈਸਲੀ ਕੰਮ ਪੈਸੇ ਛੱਡ ਕੇ ਲੈ ਕੇ ਭੱਜੀ ਫੇਰ ਰੌਲਾ ਪਾ ਲਾਂਗੇ ਤੁਸੀਂ ਮੈਨੂੰ ਰਜਾ ਮੇਰੀ ਭੈਣ ਅਗਰਾਂ ਉਹ ਵੀ ਲੈ ਕੇ ਭੱਜ ਗਈ ਦੀ ਕੀ ਮੁੰਡਾ ਸਿਹਦਾ ਆਪਾਂ ਨੇ ਕੀ ਲੈਣਾ ਗਾ ਮੇਰੀ ਭੈਣ ਹੀ ਆ ਬਈ ਤਾਂ ਦੱਬਿਓ ਮਰੀ ਆ ਮੈਂ ਬਹੁਤ ਬਿਮਾਰ ਆ ਮੈਨੂੰ ਤਿੰਨ ਬਿਮਾਰੀਆਂ ਨੇ ਘੰਟੇ ਕਲੀ ਕੋਈ ਚੇਂਜ ਨਾ ਕਰ ਦਿਓ ਠੀਕ ਆ ਕਿਹੜੀਆਂ ਇੱਕ ਤਾਂ ਮੇਰੇ ਸੈੱਲ ਘਟੇ ਹੋਏ ਨੇ ਓਕੇ ਇੱਕ ਮੈਨੂੰ ਕਾਲਾ ਪੀੜੀਆ ਓਕੇ ਇੱਕ ਬਿਮਾਰੀ ਇੱਕ ਤੂੰ ਬੋਲਦਾ ਤੂੰ ਕੜੇ ਦਾ ਉਹ ਬਿਮਾਰੀਆਂ 'ਚ ਨਹੀਂ ਆਉਂਦੀ ਇੱਕ ਕਿਹੜੀ ਬਿਮਾਰੀ ਲਾਵਾਂ ਇੱਕ ਐਂ ਕਰਦੇ ਆ ਯਾਦ ਆ ਗਿਆ ਮੇਰੇ ਇੱਕ ਤੈਨੂੰ ਜਾਪਾ ਬੇ ਤਾਂ ਕੁੜੀਆਂ ਨੂੰ ਹੁੰਦਾ ਪਾਗਲਾ ਡੰਗਰ ਜੀ ਮਿੱਟੀ ਮੁੰਡੇ ਦੇ ਕੁੜੀ 'ਚ ਫਰਕ ਨਾ ਸਮਝ ਕੁੜੀਆਂ ਚੰਨ ਤੱਕ ਪਹੁੰਚ ਗਈਆਂ ਇਹਨੂੰ ਜਾਪਾ ਨਹੀਂ ਹੋ ਸਕਦਾ ਤਾਂ ਹੀ ਤੇਰੀ ਭੈਣ ਪੈਸੇ ਲੈ ਕੇ ਭੱਜ ਕੇ ਖੜਾ ਹੋਵੇ ਅਬਸ਼ਾਮਾ ਤੁਹਾਨੂੰ ਖੜਾ ਹੋ ਗਿਆ ਅਬ ਜਾਪੇ ਵਾਲੀ ਬਹੁਤ ਟ੍ਰੈਂਡ ਹੈ ਜਾਪੇ ਵਾਲੀ ਦਾ ਜੋ ਮੈਨੂੰ ਬਿਮਾਰੀ ਦੱਸ ਦੋ ਕੋਈ ਇੱਕ ਮੈਨੂੰ ਟੀਵੀ ਆ ਹਾਂ ਬਲਕਮ ਜੀ ਕੱਢ ਹਰੀ ਹਰੀ ਜੀ ਕੱਢ ਅੰਦਰੋਂ
ਹਾਏ ਹੈਲੋ ਲੈ ਹੋਰ ਦੱਸ ਮਿਸ ਕਾਲ ਨਾ ਮਾਰਾਂ ਹੋਰ ਕੀ ਕਰਾਂ ਜਿਹੜੇ ਪੈਸੇ ਹੁੰਦੇ ਨੇ ਉਹ ਤਾਂ ਮੈਂ ਤੈਨੂੰ ਫੜਾ ਦਿੰਦੀ ਹਾਂ ਫੋਨ ਦੇ ਵਿੱਚ ਦੱਸ ਮੈਂ ਕਦੋਂ ਪੈਸੇ ਪਵਾਉਣੀ ਆ ਚੱਲ ਛੱਡ ਆ ਗੱਲਾਂ ਨੂੰ ਮੇਰੀ ਗੱਲ ਸੁਣ ਪੈਸਿਆਂ ਦਾ ਹੀਲਾ ਹੋ ਗਿਆ ਤੂੰ ਨਾ ਲੈ ਜੀ ਆ ਕੇ 30,000 ਆ ਲੈ ਦੱਸ ਪੜਿਆ ਤੂੰ ਐਂ ਕਿਉਂ ਕਰਦਾ ਹੁੰਦਾ ਤੇਰੇ ਕਰਕੇ ਮੈਂ ਹੀਲਾ ਕਰਦੀ ਹਾਂ ਪੈਸਿਆਂ ਦਾ ਦੇਖ ਲਾ ਜਦੋਂ ਤੂੰ ਮੈਨੂੰ ਕਹਿ ਦਿੰਦਾ ਮੈਨੂੰ ਪੈਸੇ ਚਾਹੀਦੇ ਨੇ ਮਿੰਟੋ ਮਿੰਟੀ ਹੀਲਾ ਕਰਕੇ ਦੇ ਦਿੰਦੀ ਹਾਂ ਤੈਨੂੰ ਮੈਂ ਹਾਂ ਬਾਕੀ ਪੈਸੇ ਨਾ ਮੈਂ ਤੈਨੂੰ ਕੱਲ੍ਹ ਸ਼ਾਮ ਨੂੰ ਦੇ ਦੂੰਗੀ ਕੱਲ੍ਹ ਸ਼ਾਮ ਨੂੰ ਤੂੰ ਪੈਸੇ ਫੜ ਕੇ ਲੈ ਜੀ ਬਾਕੀ ਹਾਂ ਹੁਣ ਐਂ ਕਰ ਹੁਣ ਆ ਕੇ ਲੈ ਜੀ ਪੈਸੇ ਨਾਲੇ ਮੈਂ ਨਾ ਤੇਰੇ ਵਾਸਤੇ ਲੌਂਗ ਇਲਾਇਚੀ ਵਾਲੀ ਚਾਹ ਬਣਾ ਕੇ ਰੱਖਦੀ ਹਾਂ ਘੈਂਟ ਜੀ ਹਾਂ ਚੱਲ ਤੂੰ ਆ ਜਾ ਦੇਖ ਕੇ ਆਈ ਆਸੇ ਪਾਸੇ ਕਿਤੇ ਕੋਈ ਦੇਖ ਵੀ ਨਾ ਲਵੇ ਚੱਲ ਠੀਕ ਹੈ ਚੰਗਾ ਆ ਜਾ ਠੀਕ ਹੈ ਤੂੰ ਮਰ ਜੀ ਆ ਫਿਰ ਵੀ ਚੱਲ ਬੰਨ ਹੌਸਲੀ ਤੇਰਾ ਚਾਹੇ ਬ੍ਰਦਰ ਬਿਮਾਰ ਹੋ ਗਿਆ ਫਿਰ ਵੀ ਮਿੱਤੀ ਤੂੰ ਸੁਣਨੀ ਤਾਂ ਰਹੀ ਅਲੋਨ ਤਾਂ ਹੋ ਗਈ ਤੂੰ ਤੈਨੂੰ ਪਤਾ ਤਾਂ ਹੈ ਵੀ ਜਾਣ ਕੇ ਕਰਦੇ ਮੈਡਮ ਚਾਹੇ ਜਾਣ ਕੇ ਮਿੱਤੀ ਬਾਅਦ ਤੇਰੇ ਹੈੱਡ ਤੋਂ ਜਿਹੜੀ ਸੱਤ ਹੈ ਤਾਂ ਉਹ ਚੱਕੀ ਨਾ ਸੱਤ ਤਾਂ ਤੂੰ ਅੱਜ ਕੁਛ ਖਾ ਰੱਖਿਆ ਮੁੰਡਿਆ ਉਹ ਕੰਮ ਮਾਰੀ ਜਾਂਦਾ ਕਿਆ ਨਾ ਮੈਂ ਤਾਂ ਇਹ ਕਹਿੰਦਾ ਸੀ ਚੱਲ ਫਿਰ ਵੀ ਕੰਨਿਆਂ ਦਾ ਨਹੀਂ ਨਾ ਕਰਦਾ ਹੁੰਦਾ ਜਿਹਦੇ ਪਰਿਵਾਰ ਚ ਕੋਈ ਨਾ ਜੀ ਹੋਵੇ ਇਹ ਮੇਰਾ ਵਿਆਹ ਕਿਹੜਾ ਉਰੇ ਹੋਊਗਾ ਮੈਂ ਇਹ ਕਹਿੰਦਾ ਸੀ ਆ ਮਖਿਆ ਜੇ ਘੰਟੇ ਖਾਤੇ ਤੂੰ ਮੇਰੇ ਨਾਲ ਹੋਮ ਚਾਹ ਦਾ ਦੇ ਦੋ ਮੈਨੂੰ ਲਿਆਉਣੀ ਆ ਬਣਾ ਕੇ ਹੁਣ ਮੈਡਮ ਨੂੰ ਆ ਜਾਂਦੇ ਮੈਂ ਇਕੱਠੇ ਹੀ ਬਣਾ ਲਿਆਉਂਗੀ ਦੁੱਧ ਅੱਜ ਘੱਟ ਹੀ ਆਪਣੇ ਹਾਂ ਮਿੱਤੀ ਚੱਲ ਫਿਰ ਵੀ ਹਨਾ ਚੱਲ ਦੇਖਿਆ ਜਾਵੇ ਜੀ ਜ਼ਿੰਦਗੀ ਹੈ ਜਿਹੜੀ ਇੱਕ ਮਾਹੌਲ ਹੁੰਦਾ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮਿੱਤੀ ਉਹ ਮੈਨੂੰ ਦੁੱਧ ਚ ਬ੍ਰੈਡ ਦੇ ਦੋ ਨਾਲੇ ਪਾ ਕੇ ਦੇ ਜਦੋਂ ਮੈਂ ਚਾਹ ਬਣਾ ਉਹਦੇ ਵਿੱਚ ਹੀ ਬ੍ਰੈਡ ਪਾ ਦੂੰਗੀ ਮਿੱਤੀ ਉਧਰ ਕਿਉਂ ਤੂੰ ਸੈਂਸਿਟਿਵਿਟੀ ਹੁੰਨੀ ਹੈ ਉਧਰ ਕਾ ਤੂੰ ਸੈਂਸਿਟਿਵਿਟੀ ਕਰਦੀ ਹੈ ਮੇਰਾ ਭਾਈ ਆ ਉਹ ਉਧਰ ਨਾ ਸੈਂਸਿਟਿਵਿਟੀ ਕਰ ਨਹੀਂ ਕਿਉਂ ਤੂੰ ਨੈਸਲੀ ਹੋ ਰਹੀ ਹੈ ਤੂੰ ਮਰਜ਼ੀ ਹੈ ਮਿੱਤੀ ਮੈਂ ਤੈਨੂੰ ਸੱਚੀ ਦਿਲ ਤੋਂ ਨਾ ਪਿਆਰ ਬਾਲਾ ਕਰਦਾ ਸੱਚੀ ਮੈਂ ਤੈਨੂੰ ਐ ਲਾ ਲਾ ਤੈਨੂੰ ਓ ਯਾਰ ਮੈਨੂੰ ਹਰਦੀ ਪਾ ਕੇ ਲਿਆ ਦੋ ਦੋ ਤੈਨੂੰ ਦੰਨਾ ਤੈਨੂੰ ਆਂ ਬਾਹਣ ਦੀ ਤੈਨੂੰ ਨਹੀਂ ਜਾਂਦਾ ਥਰੀ ਤੈਨੂੰ ਬਿਮਾਰੀਆਂ ਸਨੇ ਹੈ ਖੜ ਜਾ ਅਸੀਂ ਤਿੰਨ ਬਿਮਾਰੀਆਂ ਸੇੜੀ ਬੈਠਿਆ ਮਿੱਤੀ ਉੱਤੋਂ ਬੋਲਦਾ ਜਵਾਨ ਲੜਾਉਂਦਾ ਮੇਰੇ ਨਾਲ ਬਿਮਾਰ ਬੰਦਾ ਤਾਂ ਉਹ ਨਹੀਂ ਬੋਲਦਾ ਹੁੰਦਾ ਪਿਆਣੀਆਂ ਦਾ ਬਹਿ ਓਏ ਇਹ ਨਹੀਂ ਛੋਟੇ ਵੀਰ ਬਿਮਾਰੀਆਂ ਨੇ ਤੈਨੂੰ ਹਾਂ ਨਾ ਕਰ ਵੀ ਨਹੀਂ ਸਕਦਾ ਚੰਗਾ ਜਮਾ ਨਾ ਉੱਠੀ ਤੂੰ ਤੇ ਮੈਂ ਕਹਿੰਦਾ ਸੀ ਨਾ ਕਿਰਚ ਵੀ ਮੈਂ ਤੈਨੂੰ ਲਾਭ ਦੇ ਉਹ ਦਲਵੀਰਿਆ ਬਦਲ ਜਾਂਦੀ ਹੈ ਜੀ ਬਿਮਾਰੀਆਂ ਲੱਗ ਗਈਆਂ ਤਿੰਨ ਬੱਚਿਆਂ ਨੂੰ ਇਹਨੂੰ ਕੀ ਹੋ ਗਿਆ ਇੱਕ ਤਾਂ ਜੀ ਇਹਨੂੰ ਜੱਪ ਹੈ ਆਹੋ ਯੈਲੋ ਦੇਖ ਕੇ ਬੋਲ ਲਿਆ ਯੈਲੋ ਬਣਾ ਹੋ ਗਿਆ ਇੱਕ ਤਾਂ ਇਹਨੂੰ ਇੱਕ ਇਹਨੂੰ ਮੂੰਹ ਖੋਰਾ ਜੀ ਕਟਰੂ ਬਸਰੂ ਦਾ ਪਤੀ ਹੁੰਦਾ ਜੀ ਇੱਕ ਟੀਵੀ ਨਾ ਭੁੱਲ ਜਿਓ ਤੈਨੇ ਕਿਹਾ ਸੀ ਚਾਰ ਨਾ ਕਰਦੀ ਹੋ ਗਿਆ ਜੀ ਪੂਰੀਆਂ ਹੋ ਗਿਆ ਪੂਰੀਆਂ ਹੋ ਗਿਆ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਓ ਮੁੰਡਿਆ ਕੀ ਹੋ ਰਿਹਾ ਲਾਈਟ ਬੰਦ ਕਰ ਲਓ ਜੀ ਫੋਨ ਸਰ ਦੁਖਦਾ ਹੋਣਾ ਇਹਦਾ ਲਾਈਟ ਲੱਗ ਗਈ ਹੈ ਜੀ ਐ ਕਰ ਓਏ ਹੱਥ ਨਾ ਲਾ ਇਹ ਟੀਵੀ ਆ ਤੈਨੂੰ ਐਲਈਡੀ ਹੋ ਜੂਗੀ ਤੂੰ ਉਹ ਦੇ ਮੇਰਾ ਕੀ ਬਟੂਆ ਦੇ ਇਹਨੂੰ ਚਿਤਲੀ ਜੀ ਗੋਲੀ ਦਾ ਮਾ ਜੋ ਚਿਤਲੀ ਜੀ ਗੋਲੀ ਆ ਚਿਤਲੀ ਜੀ ਦਾ ਇਹਨੇ ਤਿੰਨ ਚਾਰ ਖਾ ਲੀਆਂ ਫਰਕ ਨਹੀਂ ਹੋਇਆ ਨਾ 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 ਬੁਲਟ ਤਾਂ ਨਾਲੇ ਤੇਰੇ ਮੈਂ ਕੀ ਗਿਆ ਤੈਨੂੰ ਹੋ ਕੀ ਗਿਆ ਹੁਣ ਤਾਂ ਤੂੰ ਚੰਗਾ ਪੜਾਤੀ ਬਈ ਦਲਵੀਰ ਸਰ ਉਹ ਮੁੰਡਿਆ ਆ ਦੇਖ ਤੇਰੇ ਮਨੋਜ ਗੁਪਤਾ ਹੀ ਆ ਕੌਣ ਮੈਂ ਦੇਖ ਨਹੀਂ ਸਕਦਾ ਹਾਂ ਇਹ ਸੋਹਣੀਆਂ ਕੁੜੀਆਂ ਤੈਨੂੰ ਝਰਕੋਰ ਮਾਰਦੀ ਆ ਇਹ ਦੇਖ ਨਹੀਂ ਸਕਦਾ ਪੀਲਾ ਪਾਰਖਾ ਚੰਦਰੀ ਨੇ ਹਾਂ ਉਹ ਵੀ ਪੀ ਲਿਆ ਯੈਲੋ ਬਣਾ ਮੁੰਡਿਆ ਮੈਡਮ ਆ ਗਈ ਮੈਨੂੰ ਕੁਝ ਨਹੀਂ ਨਜ਼ਰ ਆ ਰਿਹਾ ਮੈਂ ਕਹਿਤੀ ਗੱਲ ਕਰ ਲੈ ਇਹ ਡਰਾਪਾ ਵੀ ਹੈ ਦੀਨਾ ਜੀ ਨੂੰ ਇੱਕ ਮਿੰਟ ਤੁਸੀਂ ਗੱਲ ਕਰ ਲੈਣ ਦਿਓ ਮੈਨੂੰ ਕੀ ਗੱਲ ਕਰਨੀ ਹੈ ਜੀ ਤੁਸੀਂ ਮੈਂ ਪੈਸਾ ਬਾਰੇ ਗੱਲ ਕਰਨਾ ਹੈ ਅਸੀਂ ਤਾਂ ਕੀ ਆ ਸਾ ਮੋਹ ਮੈਂ ਜੀ ਇੱਥੇ ਰਹਿ ਜੂ ਪਰਿਵਾਰ ਵਿਛੋੜਾ ਜਦੋਂ ਪੈ ਜਾਂਦਾ ਜੀ ਮੈਨੂੰ ਗੱਲ ਕਰਨੀ ਹੈ ਜੀ ਕਰ ਲਓ ਜੀ ਆਪਾਂ ਨੇ ਕੀ ਕਹਿਣਾ ਦਲਵੀਰ ਸਰ ਓ ਦਲਵੀਰਿਆ ਸੇੜ ਦੇ ਨਹੀਂ ਹੁੰਦੇ ਅੱਛਾ ਬਿਮਾਰ ਬੰਦੇ ਨੂੰ ਤਾਂ ਵਿਚਾਰੀ ਤੂੰ ਗੱਲ ਕਰ ਲੈ ਕੋਈ ਇਹਦੇ ਨਾਲ ਬਹਿ ਜਾ ਹਾਂਜੀ ਕੱਲ ਮੁੰਡਾ ਕੀ ਦੱਸ ਸੂਲ ਹੋਇਆ ਤੈਨੂੰ ਕੱਲ ਮੁੰਡਾ ਕੁੱਕ ਖੇਤਰ ਤੋਂ ਆਇਆ ਸੀ ਉਹਦੇ ਨਾਲ ਵੀ ਨਹੀਂ ਗੱਲ ਹੋਈ ਜੇ ਬਿਮਾਰ ਬੰਦਾ ਕੀ ਕਰ ਸਕਦਾ ਹੈ ਮਕਲਾਵਾ ਦੇਣਾ ਹੈ ਤੇ ਆਪਦੀ ਮਾਂ ਦਾ ਐਡੀ ਦੋਰਾ ਮਕਲਾਵੇ ਬੋਲ ਲੈਣਾ ਜਾਨ ਠੇਕਾ ਲੈ ਰਿਆ ਕਰ ਮਕਲਾਵੇ ਵਾਲਾ ਕੀ ਗਿਆ ਮੱਲਾ ਇੱਕ ਮਿੰਟ ਇਹ ਕੀ ਆ ਤੈਨੂੰ ਹੈ ਮਹਾਰਾਜ ਮੈਂ ਬਿਮਾਰ ਆ ਮੇਰੀ ਈਦ ਕਰੇਗਾ ਦੇਖਭਾਲ ਮਾੜੀ ਮੋਟੀ ਮੈਨੂੰ ਲਜਾਏਗਾ ਕਿਤੇ ਲਾਏਗਾ ਬਿੱਲੇ ਤੂੰ ਤਾਂ ਆਪ ਹੀ ਪੈ ਗਿਆ ਰਜਾਈਆਂ ਦੋ ਲੈ ਕੇ ਇਹ ਹੋਮ ਕੇਅਰ ਚ ਛੱਡਣਾ ਪਊਗਾ ਹੋ ਮੁੰਡਿਆ ਤਾਂ ਬੋਲਦਾ ਵੀ ਨਹੀਂ ਓਏ ਤਾਂ ਓਏ ਕਿ ਦੰਦਣ ਦੰਦਣ ਦਾ ਨਹੀਂ ਪੈਗੀ ਇਹਦੇ ਉਹ ਨਹੀਂ ਪੈਂਦੀ ਤੂੰ ਡਾਕਟਰ ਨੂੰ ਬੁਲਾ ਕੇ ਲਿਆ ਭੱਜ ਕੇ ਡਾਕਟਰ ਦਾ ਜਵਾਬ ਦੇ ਅਗਰ ਕਰੇ ਸੇਵਾ ਕਰ ਲੋ ਹੋਏ ਮੂੰਹ ਨੂੰ ਬੁਲਾ ਕੇ ਕਰੇ ਕਰੇ ਸੇਵਾ ਕਰ ਲੋ ਨਹੀਂ ਨਹੀਂ ਜੀ ਮੇਰੇ ਪੈਸੇ ਮਰ ਜਾਣਗੇ ਬੁਲਾ ਲੈ ਬੰਦਾ ਮਰੂਗਾ ਦਲਵੀਰ ਸਰ
ਹੋਇਆ ਕੀ ਆ ਇਹਨੂੰ ਕੀ ਪਤਾ ਇਹ ਭੈਣ ਦੀ ਜਵਾਰ ਪਟਾ ਲੇਖਾ ਜੋਖਾ ਮਾਵਾ ਧੀਆਂ ਦਾ ਦੇਖ ਲੈ ਆਪਾਂ ਜਦੋਂ ਤੈਨੂੰ ਮੈਂ ਲੈ ਕੇ ਗਿਆ ਡਾਕਟਰ ਦੇ ਉਹੀ ਤਾਂ ਗੱਲ ਹੈ ਝੋਟੇ ਵਾਂਗੂ ਖੜਾ ਤੀ ਉਰੇ ਉਹ ਖੜਾ ਤੀ ਟੱਕਰ ਮਾਰਦਾ ਦੀ ਢਿੱਡ ਜਾ ਉਹੀ ਤਾਂ ਗੱਲ ਹੈ ਬਲਵੀਰ ਸਰ ਹੋਇਆ ਕੀ ਹੈ ਤੁਹਾਨੂੰ ਹੋ ਮੁੰਡਿਆ ਨਹੀਂ ਬੋਲ ਸਕਦਾ ਲਾ ਤੁਸੀਂ ਕਿਉਂ ਇਹ ਫੋਰਸ ਕਰ ਦਿੱਤਾ ਹੈ ਸਰ ਮੇਰੇ ਪੈਸੇ ਦੇ ਦਿਓ ਜੀ ਹਾਂਜੀ ਤੁਸੀਂ ਇਹ ਪੈਸੇ ਕਢਾਉਂਗੇ ਜੀ ਇਹ ਕੀ ਪਤਾ ਨੂੰ ਆ ਕੁਛ ਪੈਸਿਆਂ ਦੇ ਚੱਕਰ ਚ ਹੋਵੇ ਕਿਹੜੇ ਪੈਸੇ ਭਾਈ ਜੇ ਅੱਛਾ ਇੱਕ ਮਿੰਟ ਹੈਲੋ ਇੱਕ ਮਿੰਟ ਤਾਇਆ ਜੀ ਮੈਂ ਦੱਸ ਦਿਆਂ ਤੁਹਾਨੂੰ ਜੇ ਹਿੱਟ ਮਾਰੋ ਕੋਈ ਲੈਟਰ ਲਿਖ ਕੇ ਡੈਥ ਕਰ ਗਿਆ ਫਿਰ ਐਂ ਤਾਂ ਫਿਰ ਮੈਂ ਵੀ ਲੈਟਰ ਲਿਖ ਜਾਊਂਗੀ ਤੁਹਾਡੀ ਗਵਰਨਮੈਂਟ ਜਵਾਬ ਆ ਮੈਂ ਉਹ ਮੁੰਡਾ ਤੂੰ ਚੁੱਪ ਕਰ ਓਏ ਕੁੱਤੇ ਭਕਾਈ ਮਰੀ ਜਾਂਦਾ ਤੂੰ ਮੈਨੂੰ ਦੱਸ ਭਾਈ ਤਾਇਆ ਪੈਸੇ ਕੀ ਗੱਲਬਾਤ ਕੀ ਹੈ ਤਾਇਆ ਜੀ ਇਹਨਾਂ ਨੇ ਮੈਨੂੰ ਝੂਠ ਬੋਲ ਕੇ ਮੈਥੋਂ ਪੈਸੇ ਲੈ ਲਏ 1.5 ਲੱਖ ਰੁਪਇਆ ਮੈਂ ਆਪਣੇ ਹਸਬੰਡ ਨੂੰ ਝੂਠ ਬੋਲ ਕੇ ਉਹਨਾਂ ਨੂੰ ਦੱਸਿਆ ਵੀ ਨਹੀਂ ਆ ਕੁਛ ਉਹ 1.5 ਸੀਗਾ ਉਹ ਬਣੀ 1.5 ਸੀ ਨਹੀਂ ਭਾਈ ਤੈਨੂੰ ਮੈਨੂੰ ਇੱਕ ਗੱਲ ਦੱਸ ਤੂੰ ਇਹਨਾਂ ਨੇ ਕਾਹਦੇ ਪੈਸੇ ਮੰਗ ਲਏ ਤੁਹਾਡੇ 1.5 ਲੱਖ ਪਾਇਆ ਕਾਹਤੋਂ ਦੇਤਾ ਇਹ ਕਹਿੰਦੇ ਅਸੀਂ ਏਰੋਪਲੇਨ ਦਾ ਬਿਜ਼ਨਸ ਕਰਨਾ ਹੈਗਾ ਕੀ ਕਰਨਾ ਬਿਜ਼ਨਸ ਕਰਨਾ ਵੀ ਅਸੀਂ ਉੱਪਰ ਤੱਕ ਪੂਰੀ ਉਹ ਕਰ ਲਈ ਜਾਂਚ ਪੜਤਾਲ ਕੀ ਕਰਨਾ ਨਹੀਂ ਪੀਣਾ ਹੀ ਥੋੜਾ ਉਹ ਖਰਚਾ ਕੋਈ ਗੱਲ ਕਰ ਲਾਂਦੇ ਮੈਨੂੰ ਹੋਰ ਇਹ ਮਾਰੀ ਜਾਂਦਾ ਵੀ ਅੱਛਾ ਤੂੰ ਕੀ ਕਰਨਾ ਨੇ ਇਹ ਕਹਿੰਦੇ ਅਸੀਂ ਬਿਜ਼ਨਸ ਕਰਨਾ ਹੈਗਾ ਵੀ ਤੁਸੀਂ ਮੇਰੇ ਨਾਲ ਪਾਰਟਨਰਸ਼ਿਪ ਕਰ ਲਓ ਵੀ ਆਪਾਂ 에어ਪੋਰਟ ਦਾ ਬਿਜ਼ਨਸ ਕਰਾਂਗੇ ਕਾਹਦਾ 에어ਪੋਰਟ ਖੋਲਾਂਗੇ ਜਹਾਜ਼ਾਂ ਦਾ ਬਿਜ਼ਨਸ ਜਹਾਜ਼ਾਂ ਦੇ ਅੱਡੇ ਬਿੱਟਾ ਟੂਰ ਬਦਲਿਆ ਕਰਨਗੇ ਉਹਨਾਂ ਦੇ ਇਹ ਇਹ ਕਹਿੰਦਾ ਮੈਂ ਚਲਾਉਂ ਜਹਾਜ਼ ਚਲਾਉਂ ਮੈਂ ਹੈ ਭਰਾ ਸਾਲ ਨੇ 10 ਬਾਰ ਦਾ ਨਾਲੇ ਚ ਸਾਈਕਲ ਡੇਗਦਾ ਨੇ ਸਾਈਕਲ ਤਾਂ ਚੱਲਦਾ ਨਹੀਂ ਜਾ ਚਲਾਉ ਇਹ ਆਹੀ ਤਾਂ ਗਲਤੀ ਹੋ ਗਈ ਤੇਰੀ ਮਾਰੀ ਦਾ ਤੂੰ ਆ ਤਾਂ ਪੁੱਛ ਪੜਤਾਲ ਕਰਨੀ ਦੀ ਕੌਣ ਦਿੱਤਾ 1.5 ਲੱਖ ਦਾ ਮੈਮ ਤੇਰੀ ਮੱਤ ਮਾਰੀ ਗਈ ਜੀ ਮੇਰੀ ਮੱਤ ਮੈਂ ਸਕੂਲ ਮੀ ਸਕੂਲ ਮੀ ਮੈਂ ਇਹ 3 ਆਵਰਸ ਕੰਮ 3 ਮੰਥ ਕੰਮ ਕਰਿਆਗਾ ਮੈਂ ਕਚਹਿਰੀਆਂ ਚ ਕਿ ਮੈਂ ਵੀ ਨਾ ਤੁਹਾਨੂੰ ਪਤਾ ਉਸ ਪਹਿਲੇ ਖੇ ਪੜ੍ਹ ਲਿਖਿਆ ਜਦੋਂ ਆਪਾਂ 5 ਮੈਂਬਰੀ ਜਿਹੜੀ ਕਮੇਟੀ ਹੁੰਦੀ ਹੈ ਲੈਣ ਦੇਣ ਹੁੰਦਾਗਾ ਉਹਦੇ ਨਾਲ 5 ਮੈਂਬਰੀ ਕਮੇਟੀ ਬਣਦੀ ਹੁੰਦੀ ਹੈਗੀ ਉਹਦੇ ਨਾਲ ਨੋਟਸ ਜਾਰੀ ਹੁੰਦਾ ਉਹ ਹੈ ਕਿ ਤੁਹਾਡੇ ਕੋਲ ਨਹੀਂ ਹੈ ਤਾਂ ਹੈ ਨਹੀਂ ਪਰ ਮੈਂ ਥਾਣੇ ਤੋਂ ਭੇਜ ਦੂੰਗੀ ਜ਼ਰੂਰ ਫਿਰ ਵੀ ਦੇਖੋ ਤੁਸੀਂ ਦੇਣਦਾਰ ਹੋ ਦੇਣਾ ਲੈਣ ਤਾਂ ਮੂਨ ਤੇ ਸਾਹਨੇ ਵੀ ਹੈ ਹੂੰ ਦਲਵੀਰ ਸਰ ਤੁਸੀਂ ਮੈਥੋਂ ਹਫਤਾ ਮੰਗਿਆ ਸੀ ਕੋਈ ਨਾ ਕੋਈ ਨਾ ਦੌਰਾ ਪੈਂਦਾ ਹੈ ਦੌਰਾ ਇਹਦੇ ਦੌਰਾ ਦਰ ਆ ਮੇਰੇ ਕੋਲ ਕਿਉਂ ਨਿਕਲ ਗਿਆ ਇਹਦੇ ਪੈ ਕੇ ਨਿਕਲਦਾ ਦੌਰਾ ਮੈਂ ਚੱਕਰ ਜੇ ਆਈ ਜਾਂਦੇ ਨੇ ਮੈਨੂੰ ਖਾਸੇ ਦਿਨਾਂ ਦੇ ਤੁਸੀਂ ਇਹਨਾਂ ਨੂੰ ਪਾਣੀ ਚ ਨੂਣ ਪਾ ਕੇ ਲਿਆ ਦਿਓ ਕੋਈ ਨਹੀਂ ਆਪੇ ਪੀ ਲੂਗਾ ਮੈਂ ਤਾਂ ਠੀਕ ਆ ਮੈਨੂੰ ਤਾਂ ਹੋਇਆ ਕੀ ਇਹ ਪੈ ਕੇ ਨਿਕਲ ਗਿਆ ਦੌਰਾ ਇੰਨਾ ਕੀ ਪੈ ਲਵੇ ਮੰਮੀ ਤੂੰ ਇੱਧਰ ਬੈ ਜਾ ਹਾਂ ਬੈ ਬੈ ਜਾ ਬੈ ਜਾ ਇੱਥੇ ਬੈ ਜਾ ਨਾ ਮੈਂ ਹੋਰ ਕੋਈ ਨਾ ਕੋਈ ਨਾ ਹਾਂਜੀ ਬੈਠੋ ਬੈ ਜਾ ਭਾਈ ਹੋਰ ਇੱਥੇ ਬੈ ਜਾ ਨਾ ਕਰ ਲੋ ਗੱਲ ਦੇਖੋ ਤਾਇਆ ਜੀ ਇਹਨਾਂ ਨੇ ਮੈਥੋਂ ਹਫਤਾ ਮੰਗਿਆ ਸੀਗਾ ਵੀ ਮੈਂ ਹਫਤੇ ਚ ਤੇਰੇ ਪੈਸੇ ਮੋੜ ਦੂੰਗਾ ਗਲਤਾ ਗੱਲ ਕੋਈ ਗਲਤ ਗੱਲ ਹੁਣ 2 ਹਫਤੇ ਹੋ ਚੱਲੇ ਜੀ ਆਪੇ ਆ ਪੈਸੇ ਦੇਣਾ ਨਾ ਇੰਗਲੈਂਡ ਬਹੁਤ ਹਰਾਮੀਆਂ ਭਾਈ ਬਹੁਤ ਹਰਾਮੀਆਂ ਕੰਜਰ ਦੇ ਦਾ ਦੇਖ ਲੈ ਬਹੁਤ ਹਰਾਮੀਆਂ ਕਹੋ ਇਹਨਾਂ ਨੂੰ ਪੈਸੇ ਦੇਣਾ ਮੈਂ ਕਹਿ ਦਿੰਦਾ ਪੈਸੇ ਦੇ ਭਾਈ ਗੁੱਡੀ ਦੇ 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 ਮੇਰਾ ਵੀਰ ਤਾਇਆ ਜੀ ਦੇਊਂਗਾ ਮੈਨੂੰ ਵੀ ਦੇਖੋ ਮੈਂ ਨਾ ਬਿਮਾਰ ਹੋ ਗਿਆ ਸੀ ਮੈਂ ਦਾਖਲ ਰਿਹਾ ਜੀ ਬਹੁਤ ਟਾਈਮ ਤਾਇਆ ਜੀ ਨੂੰ ਤਾਂ ਪਤਾ ਹੈ ਸਰ ਮੈਨੂੰ ਨਹੀਂ ਪਤਾ ਤੁਸੀਂ ਬਿਮਾਰ ਰਹੇ ਹੋ ਮੈਂ ਤੈਨੂੰ ਪਤਾ ਨਹੀਂ ਹੈਗਾ ਤੂੰ ਕੋਈ ਆ ਜਾਂਦਾ ਸੀ ਮੈਂ ਤੁਸੀਂ ਛੁੱਟੀ ਹੋ ਜਾਂਦੀ ਸੀ ਮੈਨੂੰ ਮੈਂ ਤੈਨੂੰ ਹਫਤੇ ਦਾ ਦਿੱਤਾ ਸੀ ਹੁਣ 2 ਹਫਤੇ ਹੋ ਚੱਲੇ ਤੁਸੀਂ ਆਪਦੇ ਆਪ ਨਾਲ ਲੈਣੇ ਬੈਠੇ ਹੋ ਸਿਸਟਰ ਪਤਾ ਕੀ ਹੈ ਸਿਸਟਰ ਦੇਖੋ ਕੋਈ ਗੱਲ ਨਹੀਂ ਦੇ ਦੇਣਗੇ ਕਿਰਚ ਦੀ ਸਾਗਨ ਸਕੀਮ ਭਰੀ ਹੋਈ ਹੈ ਜਦੋਂ ਆ ਗਏ ਵਿੱਚ ਵਿਚਾਰੇ ਬੋਲੋ ਹੀ ਨਾ ਜੋ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਜਿਹੜੀ ਉਹ ਨਹੀਂ ਪਤਾ ਹੈਗਾ ਨਹੀਂ ਤੂੰ ਮੈਨੂੰ ਕੀ ਸਮਝਦੀ ਹੈ ਕੁੜੀਏ ਤੈਨੂੰ ਐ ਕਿਵੇਂ ਨਹੀਂ ਪਤਾ ਨਹੀਂ ਤੁਸੀਂ ਵਿੱਚ ਵਿਚਾਰੇ ਹੈਗੇ ਸੀਗੇ ਉਦੋਂ ਫੜ ਜਾ ਭਾਈ ਬੋਲ ਨਾ ਤੂੰ ਮੈਂ ਬੈਠਾ ਜਾਂ ਮੈਂ ਤੈਨੂੰ ਕਹਦਾ ਮੈਂ ਤੇਰਾ ਹੱਲ ਕਰਾਉਂ ਦੂੰਗਾ ਬੋਲਦੀ ਆ ਪਲੀਜ਼ ਕਰਾਓ ਇਦਾਂ ਬੋਲਣਾ ਮੈਂ ਭਾਗ ਜਾਣਾ ਮੇਰਾ ਬੀਪੀ ਘਟ ਜਾਂਦਾ ਹੈ ਜੀ ਮੈਂ ਕੀ ਕਰਾਂ ਉਹ ਮੁੰਡਿਆ ਤੋਏ ਜੀ ਨੂੰ ਲੈ ਕੇ ਜਾਓ ਹੈ ਮੁੰਡਿਆ ਓਏ ਹਾਂ ਜਿਹੜਾ ਸਾਹ ਉਹ ਮੈਂ ਸਮਝ ਪੁੱਲ ਜਾ ਨਿਕਲਾ ਚੇਤਾ ਮਾੜਾ ਮੈਂ ਇਸ ਵੇਚੀ ਦੀ ਉਹ ਪੈਸੇ ਦੇ ਤੈਨੂੰ ਕੁੜੀ ਨੂੰ ਉਹ ਮੈਂ ਦੱਸੂਗਾ ਮੈਡਮ ਜੀ ਨੂੰ ਸਾਰਾ ਹਾਂ ਦੱਸੂਗਾ ਜੀ ਸਾਹ ਵਾਲੀ ਪਰਚੀ ਮੈਂ ਦੇਣਾ ਤੈਨੂੰ ਸਰ ਦੇਖੋ ਮੇਰੀ ਗੱਲ ਸੁਣੋ ਆਪਣੇ ਸਾਰਿਆਂ 'ਚ ਗੱਲ ਆ ਪਰਿਵਾਰ ਬੈਠਾ ਹੈਗਾ ਪੈਸੇ ਮੋੜ ਦੋ ਚੁੱਪ ਕਰਕੇ ਫੇਰ ਗੱਲ ਜਾਊਗੀ ਥਾਣੇ ਥਵਾਣੇ ਬਾਹਰ ਮੈਂ ਜਾਊਂ ਭਾਈ ਬਾਬਾ ਬੁਲਾ ਰਹੀ ਉਹ ਕੋਈ ਨਾ ਪਹਿਲਾਂ ਇਹਨਾਂ ਦਾ ਮਸਲਾ ਸੁਲਝਾ ਦਈਏ ਭਾਈ ਉਹ ਬੁਲਾ ਰਹੇ ਨੇ ਕੰਮ ਆਇਆ ਕੋਈ ਕੀ ਕੰਮ ਆਉਣਾ ਕਿ ਨਹੀਂ ਹੋਈ ਕੰਮ ਆਉਂਦਾ ਨਹੀਂ ਵਰਤ ਭਾਈ ਆਉਂਦਾ ਨਹੀਂ ਮੈਂ ਤਿਆਰ ਜੀ ਮੇਰੀ ਗੱਲ ਸੁਣੋ ਪਹਿਲਾਂ ਮੇਰਾ ਮਸਲਾ ਸੁਲਝਾ ਜਾਓ ਬੁਲਾ ਰਹੇ ਆ ਕਹਿ ਦੇਗਾ ਯਾਰ ਮੈਂ ਬੜਾ ਖੜ ਖੜ ਜਾ ਫਿਰ ਕੋਈ ਨਾ ਫਿਰ ਤੂੰ ਆ ਤੁਸੀਂ ਗੱਲ ਕਰ ਲੈਣ ਦੋ ਦਾਦਾ ਮੈਂ ਆ ਗੱਲ ਕਰ ਲੈ ਕੇ ਜਾ ਰਿਹਾ ਮੈਂ ਇੱਕ ਤਾਂ ਸਾਰੇ ਕੰਮ ਮੈਥੋਂ ਪੁੱਛ ਕੇ ਕਰਦੇ ਨੇ ਪਿੰਡ ਵਾਲੇ ਮੈਂ ਆ ਗਿਆ ਮੜਾ ਜਾ ਆ ਗਿਆ ਮੈਂਬਰ ਬਣਾਉਣ ਨੂੰ ਫਿਰਦੇ ਨਹੀਂ ਤਾਂ ਇਹਨੂੰ ਹਾਂ ਮੈਂਬਰ ਤਾਂ ਇਹ ਜਾ ਬਣਾਉਣਗੇ ਥਾਣੇ 'ਚ ਯਾਦ ਰੱਖੋਗੇ ਅਸੀਂ ਤੁਹਾਡੇ ਪੈਸੇ ਦੇਵਾਂਗੇ ਜੀ ਅਸੀਂ ਮੁੱਕਰੀ ਸਾਡਾ ਇੱਕ ਤਾਂ ਖਾਤਾ ਬਲੌਕ ਹੋ ਗਿਆ ਸੀਗਾ ਜੀ ਸਾਡਾ ਇੱਕ ਕੈਨੇਡਾ ਖਾਤਾ ਹੈ ਜੀ ਕਿੰਨੇ ਪੈਸੇ ਨੇ 1.5 ਲੱਖ ਹੈ ਜੀ ਉਹ ਸਾਡਾ ਬਲੌਕ ਹੋ ਗਿਆ ਜੀ ਤੇ ਉਹ ਵੀ ਦੇਵਾਂਗੇ ਜੀ ਤੁਹਾਨੂੰ ਪੈਸੇ ਮੈਡਮ ਜੀ ਤੁਸੀਂ ਯਕੀਨ ਕਿਉਂ ਨਹੀਂ ਕਰਦੇ ਮੇਰੇ ਤੇ ਤੁਸੀਂ ਆਪਣੇ ਇੰਨਾ ਪਿਆਰ ਹੁੰਦਾ ਸੀ ਮੈਨੂੰ ਹੁਣ ਤਾਂ ਤੁਸੀਂ ਮੈਨੂੰ ਵੱਡੂ ਖਾਓ ਵੱਡੂ ਖਾਓ
ਕੋਈ ਨਾ ਜੀ ਮੇਰੀ ਗੱਲ ਸੁਣੋ, ਤੁਸੀਂ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਮੈਨੂੰ? ਮੈਂ ਤੁਹਾਨੂੰ 2 ਹਫ਼ਤੇ ਦਾ ਟਾਈਮ ਦੇ ਚੁੱਕੇ ਆਲਰੇਡੀ, ਮੇਰੇ ਕੋਲ ਹੋਰ ਵੇਟ ਕਰਨ ਦਾ ਟਾਈਮ ਹੈ ਨਹੀਂ ਜੀ। ਮੈਨੂੰ ਪਲੀਜ਼ 5 ਦਿਨ ਹੋਰ ਦੇ ਦਿਓ, ਮੈਂ ਤੁਹਾਨੂੰ ਚੈੱਕ ਭਰ ਕੇ ਦੇ ਦੂੰ, ਜੇ ਨਾ ਚੈੱਕ ਤੁਹਾਡਾ ਚੱਲਿਆ ਮੇਰੇ ਤੇ 6 ਮਹੀਨਿਆਂ ਦੀ ਸਜ਼ਾ ਹੁੰਦੀ ਹੈ, ਉਹ ਕਰ ਦਿਓ। ਬਸ 5 ਦਿਨਾਂ ਨੂੰ ਆ ਜਾਓ ਸਰ, ਮੇਰੇ ਮੂੰਹ ਤੇ ਪਾਗਲ ਲਿਖਿਆ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ, ਫਿਰ ਨਾ ਦੇ ਪਾਗਲ ਆ ਮੈਂ, ਫਿਰ ਨਾ ਪੈਸੇ ਦਿੰਦੀ ਤੈਨੂੰ, ਇੱਥੇ ਥੋੜਾ ਮੰਗੇ ਸੀ ਇਹਨੇ ਪੈਸੇ। ਮਿੱਤੇ 1 ਮਿੰਟ ਮੈਨੂੰ ਇਹਨਾਂ ਬੇਵਕੂਫ ਬਣਾਇਆ, ਝੂਠ ਬੋਲਿਆ ਮੈਨੂੰ, ਇਹ ਪੈਸੇ ਮੰਗੀ ਜਾਂਦੇ ਨੇ। ਹੈਲੋ, ਮੇਰੀ ਗੱਲ ਸੁਣ ਲੈ, ਪੈਸੇ ਤੇਰੇ ਭਣੇ ਦੁੱਧ ਭਰ ਕੇ ਨੇ, ਰੋ ਰੋ ਜਾ ਕੇ ਸਾਡੀ ਦਿਲ ਹੀ ਨੀਵੀਂ ਨਾ ਕਰ, ਜਿੱਦੇ ਤਾਇਆ ਮਰ ਗਿਆ ਪੈਸੇ ਲੈ ਜੇ ਮੰਗ ਜਾ।